ਸ਼ਾਮਿਲ ਕਰਦਾ ਹਾਂ ਕਿ ਫਸਟ ਆਫ ਆਲ ਜਿਹੜੀਆਂ ਮੋਟੀਆਂ ਮੋਟੀਆਂ ਸਾਡੇ ਪਿੰਡਾਂ ਦੀਆਂ ਪ੍ਰੋਬਲਮਾਂ ਸੀ ਉਹਦਾ ਸਾਨੂੰ ਪਤਾ ਸੀ, ਪਰ ਆਲ ਓਵਰ ਜਿਹੜੇ 62 ਪਿੰਡ ਨੇ 40 ਵਾਰਡ ਨੇ ਉਹਨਾਂ ਦੀ ਕੀ ਕ੍ਰਿਟੀਕਲ ਕੰਡੀਸ਼ਨ ਕੀ ਹੈ, ਗਰਾਊਂਡ ਲੈਵਲ ਰਿਐਲਿਟੀ ਕੀ ਹੈ, ਚਾਹੀਦਾ ਕੀ ਹੈ, ਕੀ ਪਲੈਨ ਬਣਾਉਣਾ ਚਾਹੀਦਾ ਹੈ, ਕੀ ਬਲੂ ਪ੍ਰਿੰਟ ਚਾਹੀਦਾ ਹੈ। ਇਲੈਕਸ਼ਨ ਤਾਂ ਅਸੀਂ ਜਿੱਤਣਾ, ਪਰ ਉਹ ਤੋਂ ਬਾਅਦ ਕੀ ਕਰਨਾ, ਲੋਕਾਂ ਨੂੰ ਦੱਸਣਾ ਕੀ ਹੈ ਕਿ ਅਲੈਦਾ ਕੀ ਕਰਾਂਗੇ ਜੋ ਬਾਕੀ ਕੈਂਡੀਡੇਟਸ ਕਰ ਰਹੇ ਨੇ, ਜੇ ਅਸੀਂ ਆਵਾਂਗੇ ਸਾਨੂੰ ਵੋਟਾਂ ਪਾਉਣੀਆਂ ਤਾਂ ਕਿਉਂ ਪਾਉਣੀਆਂ। ਨਿੱਕੇ ਨਿੱਕੇ ਪੁਆਇੰਟ ਬਣਾਏ ਸੀ, ਜਿਵੇਂ ਕੁਛ ਕੁ ਪੁਆਇੰਟ ਤਾਂ ਮੈਂ ਜ਼ਿਕਰ ਕਰਦਾ ਹੁੰਦਾ ਆਪਣੀ ਸਪੀਚ ਦੇ ਵਿੱਚ ਹੀ, ਸਰ ਵੀ ਆਹ ਪੁਆਇੰਟ ਨੇ ਜੀ ਸਾਡੇ ਹੋਸਪਿਟਲ ਦੇ। ਸੋ ਮੈਂ ਸਾਰੇ 13 ਪੁਆਇੰਟਾਂ ਦਾ ਵੇਰਵਾ ਦੇਵਾਂਗਾ। ਪਲੀਜ਼, ਸਾਰਿਆਂ ਤੋਂ ਪਹਿਲਾਂ ਜਿਹੜਾ ਮੇਨ ਮੁੱਦਾ ਸਾਡੇ ਪਿੰਡਾਂ ਦਾ, ਮੈਂ ਹਰੇਕ ਸਪੀਚ ਵੀ ਕਹਿਣਾ ਹੁੰਦਾ ਵੀ ਭਾਈ ਸਾਨੂੰ ਕੈਂਸਰ ਬੈਲਟ ਕਹਿੰਦੇ ਆ, ਕੈਂਸਰ ਬੈਲਟ ਸਾਡੇ ਪਿੰਡਾਂ ਦੇ ਵਿੱਚ। ਹੁਣ ਅਸੀਂ ਸਾਡੇ ਪਿੰਡਾਂ 'ਚ ਮੈਂ ਕੈਂਪ ਲਗਵਾਏ ਸਾਡੇ ਪਿੰਡ ਦੇ ਵਿੱਚ 3 ਸਾਲ ਲਗਾਤਾਰ, 9-8 ਬੰਦਿਆਂ ਦਾ ਬੈਚ, 9-6 ਬੰਦਿਆਂ ਦਾ ਬੈਚ, 9-7 ਬੰਦਿਆਂ ਦਾ ਬੈਚ, ਵੀ ਇੰਨੀ ਪ੍ਰੋਬਲਮ ਹੈ ਸਾਡੇ ਪਿੰਡਾਂ ਦੇ ਵਿੱਚ ਕਿਉਂਕਿ ਇੱਥੇ ਇੰਨਾ ਧੂੰਆਂ। ਹੁਣ ਸਾਡੇ ਪਿੰਡ ਦੇ ਆਸੇ ਪਾਸੇ 2 ਥਰਮਲ ਨੇ, ਇੱਕ ਥਰਮਲ ਪਾਵਰ ਪਲਾਂਟ ਹੈ ਜਿਹੜਾ ਆਪਣਾ ਮਨਾਲੀ ਵਾਲਾ, ਦੂਸਰਾ ਜਿਹੜਾ ਹੈਗਾ ਸ਼ਾਇਦ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੋਵੇ, ਡੋਮੈਸਟਿਕ ਪਾਵਰ ਪਲਾਂਟ ਹੈ ਜਿਹੜਾ ਜਿਵੇਂ ਪਰਾਲੀ ਵਗੈਰਾ ਅਤੇ ਡੋਮੈਸਟਿਕ ਵੇਸਟ ਜਿਹੜੀ ਪਲਾਸਟਿਕ ਹੋ ਗਿਆ ਉਹਦੇ 'ਤੇ ਚੱਲਦਾ। ਹਰੇਕ ਥਰਮਲ ਦੇ ਕੋਈ ਨਾ ਕੋਈ ਯਾਨੀ ਕਿ ਇੱਕ ਸਕੇਲ ਹੁੰਦਾ ਵੀ ਇਸ ਤੱਕ ਤੁਸੀਂ ਚੀਜ਼ਾਂ ਜਾਲ ਸਕਦੇ ਹੋ, ਇਹ ਇੰਨਾ ਹਾਨੀਕਾਰਕ ਧੂੰਆਂ ਨਹੀਂ ਛੱਡਣਗੀਆਂ ਜਾਂ ਵਾਤਾਵਰਣ ਦੇ ਇੰਨਾ ਤੁਸੀਂ ਇੱਕ ਸਕੇਲ ਦਿੰਦੇ ਨੇ, ਗੌਰਮੈਂਟ ਦਿੰਦੀ ਹੈ ਸਕੇਲ ਵੀ ਉਸ ਤੱਕ ਤੁਸੀਂ ਕੋਲਾ ਫੂਕ ਸਕਦੇ ਹੋ, ਇਸ ਤੋਂ ਵੱਧ ਜੇ ਤੁਸੀਂ ਕੋਲਾ ਫੂਕੋਗੇ ਤਾਂ ਲੋਕਾਂ ਦੀ ਸਿਹਤ ਦੀ ਹਾਨੀਕਾਰਕ ਹੈ, ਪਰ ਇੱਥੇ ਕੋਈ ਮਾਪਦੰਡ ਨਹੀਂ। ਜੇ ਤੁਸੀਂ ਸਵੇਰੇ ਉੱਠੋਗੇ ਤਾਂ ਜੇ ਰਾਤ ਹੁੰਦੀ ਹੈ ਚਿੱਟਾ ਕੱਪੜਾ ਵੀ ਤੁਸੀਂ ਯਾਨੀ ਕਿ ਤਾਰ 'ਤੇ ਪਾਉਂਗੇ ਤਾਂ ਉਹ ਕਾਲਾ ਹੋ ਕੇ ਨਿਕਲਦਾ। ਮੈਂ ਕਹਿੰਦਾ ਜੇ ਬੰਦਾ ਵਿਹੜੇ 'ਚ ਵੀ ਸੌਂਦੇ ਗਰਮੀਆਂ 'ਚ, ਤਾਂ ਮੈਂ ਤਾਂ ਇੱਥੇ ਪਿੰਡ 'ਚ ਰਹਿਣਾ ਮੇਰੇ 'ਚ ਵੀ ਕੱਪੜੇ ਭੜਦੇ। ਸੋ ਜਦੋਂ ਇਹੋ ਜਿਹੀ ਹਵਾ 'ਚ ਸਾਹ ਲੈਂਦੇ ਹਾਂ ਤਾਂ ਸਾਡੇ ਇੱਕ ਤਾਂ ਪਾਣੀ ਗੰਦਾ, ਛੋੜਾ ਬਹੁਤ ਹੈ, ਦੂਜਾ ਸਾਡੇ ਕੋਲ ਹਵਾ ਨਹੀਂ ਪਿਓ, ਤੀਜਾ ਸੀ ਜਿਹੜੀ ਸਾਡੀ ਰੋਟੀ ਹੈ ਕਣਕ ਆ ਸਾਡੀ ਮਜ਼ਬੂਰ ਨੇ ਹਰੀ ਕ੍ਰਾਂਤੀ ਕਰਕੇ ਸਾਨੂੰ ਇਹ ਬੰਦਾ ਝਾੜ ਵੱਧੋ ਵੱਧ ਹੋ ਗਏ, ਸਾਨੂੰ ਰੋਈਆਂ ਸਫਾਈਆਂ ਚੱਕਣੀਆਂ ਪੈ, ਤੀਜਾ ਸਾਡਾ ਖਾਣਾ। ਸੋ ਇਹਨਾਂ 3-4 ਚੀਜ਼ਾਂ ਕਰਕੇ ਸਾਡੇ ਵੀ ਯਾਨੀ ਕਿ ਜੈਨੇਟਿਕਲੀ ਬਿਮਾਰੀ ਸਾਡੇ ਚੈਂਟ ਹੋ ਗਈ ਕੈਂਸਰ। ਸੋ 8-9 ਪ੍ਰਕਾਰ ਦਾ ਕੈਂਸਰ ਹੈ। ਮੈਂ ਤਾਂ ਕਰਕੇ ਕਹਿੰਦਾ ਕਿਉਂਕਿ ਮੈਨੂੰ ਪਹਿਲਾਂ ਇੰਨਾ ਪਤਾ ਨਹੀਂ ਸੀਗਾ ਵੀ ਕੈਂਸਰ ਜਾਂ ਕੋਈ ਮਰੀਜ਼ ਜਾਂ ਕੋਈ ਇੱਦਾਂ। ਮੇਰੇ ਨਾਲ ਇੱਕ ਮੇਰੇ ਕਾਲਜ ਦਾ ਮੁੰਡਾ ਸੀ, ਉਹਦੀ ਡੈਥ ਹੋਈ, ਕਈ ਬੰਦੇ ਮੇਰੀ ਜ਼ਿੰਦਗੀ 'ਚੋਂ ਗਏ ਇਸ ਬਿਮਾਰੀ ਦੀ ਵਜ੍ਹਾ ਕਰਕੇ। ਅਤੇ ਉਹ ਤੋਂ ਬਾਅਦ ਮੈਂ ਪਿੰਡ ਦੇ ਵਿੱਚ ਕਰਵਾਇਆ ਤਾਂ ਮੈਂ ਉੱਥੇ ਹੋਰ ਲੋਕ ਆਏ। ਪਹਿਲੇ ਸਾਲ ਤਾਂ ਸਾਡੇ ਪਿੰਡ ਨੇ ਚੈੱਕਅਪ ਕਰਵਾਇਆ, ਉਹ ਤੋਂ ਬਾਅਦ ਜ਼ਿਲ੍ਹੇ 'ਚ ਆਏ, ਉਸ ਤੋਂ ਬਾਅਦ ਪੰਜਾਬ ਦੇ ਫੌਜ ਤਾਂ ਰੋਪੜ ਦੀ ਕੁੜੀ ਆਈ, ਉਹਦੇ ਕੋਲ ਰਿਪੋਰਟ ਸੀਗੀ PGI ਦੇ ਵਿੱਚ ਜਿੱਥੇ ਲਿਖਿਆ ਹੋਇਆ ਸੀ ਸਰਟੀਫਿਕੇਸ਼ਨ 'ਚ ਫੇਲ, ਹਰੇਕ ਰਿਪੋਰਟ ਦੇ ਵਿੱਚ ਫੇਲ ਹੋ ਗਏ। ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਨੂੰ ਵੀ ਮੈਨੂੰ ਫੇਲ ਕਿਉਂ ਲਿਖ ਦਿੰਦੇ ਨੇ। ਅਤੇ ਜਦੋਂ ਉਹਨੇ ਚੈੱਕਅਪ ਕਰਵਾਇਆ ਉੱਥੋਂ ਅਤੇ ਉਹਦੀ ਰਿਪੋਰਟ ਆਈ, ਉਹ ਮੈਨੂੰ ਡਾਕਟਰ ਸਾਹਿਬ ਕਹਿੰਦੇ ਬੇਟਾ ਤੂੰ ਸਾਰੀ ਜ਼ਿੰਦਗੀ 'ਚ ਹੋਏਗੀ। ਅਤੇ 19 ਸਾਲਾਂ ਦੀ ਕੁੜੀ ਨੂੰ ਜੇ ਕੈਂਸਰ ਆ, ਉਹ ਕਹਿੰਦਾ ਵੀ ਤੇਰਾ ਕੈਂਸਰ ਜਾਨਲੇਵਾ ਨਹੀਂ, ਜਿੰਨਾ ਚਿਰ ਤੂੰ ਦਵਾਈ ਖਾਏਗੀ ਉਹਨਾਂ ਚਿਰ ਤੂੰ ਸਰਵਾਈਵ ਹੋ ਸਕਦੀ। ਸੋ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਮਰੀਜ਼ ਬਹੁਤ ਨੇ, ਪਰ ਹਸਪਤਾਲ ਕੋਈ। ਮੈਂ ਪਿੰਡਾਂ 'ਚ ਲੋਕਾਂ ਨੂੰ ਪੁੱਛਦਾ ਰਹਿੰਦਾ, ਜਾਣਦਾ ਰਹਿੰਦਾ ਵੀ ਭਾਈ ਤੁਸੀਂ ਨੇੜੇ ਤੇੜੇ ਇੱਕ ਮੈਨੂੰ ਕੈਂਸਰ ਹੋਸਪਿਟਲ ਦੱਸੋ ਆਪਣੇ ਇਲਾਕੇ 'ਚ, ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਹਰੇਕ ਅਮਰੀਕਾ ਨੇ ਇਹਦਾ ਨਾਂ ਲੈ ਦਿੰਦਾ। ਸੋ ਕੈਂਸਰ ਦੇ ਮਰੀਜ਼ਾਂ ਲਈ ਪਹਿਲਾ ਪੁਆਇੰਟ ਜਿਹੜਾ ਹੈਗਾ, ਕੈਂਸਰ ਦੇ ਮਰੀਜ਼ਾਂ ਲਈ ਮਲਟੀ ਸਪੈਸ਼ਲਿਸਟ ਹਸਪਤਾਲ ਲਿਆ ਜਾਏ। ਮੇਰੀ ਪੂਰੀ ਕੋਸ਼ਿਸ਼ ਹੋਊਗੀ ਕਿ ਕੁਛ ਨਾ ਕੁਛ ਅਸੀਂ ਸੋਲਡ ਕਰੀਏ ਤਾਂ ਹੋਸਪਿਟਲ ਲਿਆ। ਦੂਜਾ ਆਪਣਾ ਦੂਜਾ ਪੁਆਇੰਟ ਇਹ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਵੀ ਮਾਨਸਾ ਦੇ ਵਿੱਚ ਇੱਕ ਮੀਂਹ ਪੈ ਜਾਏ ਤਾਂ ਕੀ ਹਾਲ। ਮੈਂ ਕਹਿੰਦਾ ਜੇ ਮਾਨਸਾ ਦਾ ਨਰਕ ਕੱਢਣਾ ਹੋਵੇ ਤਾਂ ਅਸੀਂ ਉਹਦੇ 'ਚ ਸੈੱਟ ਕਰਦੇ ਤੁਹਾਨੂੰ, ਜਿਹੜਾ ਅੱਜ ਤੱਕ ਸੈੱਟ ਹੀ ਨਹੀਂ ਆਇਆ, ਪਤਾ ਨਹੀਂ ਕੀ ਉਹਦੀ ਵਜ੍ਹਾ ਰਹੀ, ਕਿਉਂ ਉਹ ਇੱਦਾਂ ਦਾ ਰਿਹਾ। ਬਰਸਾਤ ਵਿੱਚ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਸਿਸਟਮ ਦਾ ਮਸਲਾ ਨਿਪਟਾਉਣਾ, ਕਿਵੇਂ ਨਿਪਟਾਉਣਾ ਹੈ ਉਹ ਅਸੀਂ ਦੇਖਣਾ, ਉਹ ਕੰਸਿਡਰ ਕਰਨਾ ਅਤੇ ਉਹਨੂੰ ਅਸੀਂ ਕਿਵੇਂ ਨਿਪਟਾਵਾਂਗੇ। ਤੀਜਾ ਪੁਆਇੰਟ ਜਿਹੜਾ ਆਪਣਾ ਭਾਈ ਪ੍ਰਕਾਸ਼ ਜੀ ਦਾ ਨਾਲ ਜਿਹੜਾ ਡੰਪ ਲੱਗਿਆ ਹੋਇਆ, ਇੰਨਾ ਵੱਡਾ ਕੂੜਾ ਕਰਕਟ ਲੱਗਿਆ, 4 ਰੁਪਏ 'ਤੇ ਇੰਨੀ ਸਿਆਸਤ ਹੋ ਗਈ, ਕਿੰਨੇ ਉੱਥੋਂ ਬੰਦੇ ਇਸ ਨੂੰ ਡਰੀਮ ਪ੍ਰੋਜੈਕਟ ਬਣਾ ਕੇ, ਕਈ ਬੰਦੇ ਵਿਚਾਰਿਆਂ ਨੇ ਜ਼ੋਰ ਵੀ ਲਾਇਆ ਵੀ ਇਸ ਨੂੰ ਸੈੱਟ ਕਰੀਏ, ਪਰ ਹਜੇ ਤੱਕ ਮੈਨੂੰ ਮੇਰੀ ਮੈਂ ਕਹਿੰਦਾ 7 ਸਾਲ ਦਾ ਮੈਂ ਸਾਈਕਲ ਦੇ ਇੱਥੇ ਆਉਣ ਲੱਗ ਗਿਆ ਸੀ ਅਤੇ ਅੱਜ ਮੈਂ 27 ਸਾਲਾਂ ਦਾ, 20 ਸਾਲ ਮੈਨੂੰ ਦੇਖਦੇ। ਸੋ ਤੀਜਾ ਇਹ ਹੈ ਵੀ ਬੰਨ ਸੀਵਰੇਜ ਅਤੇ ਸੜਕਾਂ ਦੇ ਨਾਲ ਕੂੜੇ ਦੇ ਢੇਰਾਂ ਦੀ ਸਮੱਸਿਆ ਨੂੰ ਜੜੋਂ ਖਤਮ ਕਰਨਾ। ਚੌਥਾ ਸਟੱਡੀ ਦਾ,
ਸਿੱਧਾ ਤਾਂ ਹੋ ਗਿਆ ਸਟੱਡੀ ਦਾ। ਹੁਣ 2012 'ਚ ਮੈਂ ਡਿਗਰੀ ਕਰੀ ਸੀ, ਮੈਨੂੰ ਪਤਾ ਹੈ ਵੀ ਕਾਲਜ ਕਿਵੇਂ ਮਿਲਿਆ, ਐਡਮਿਸ਼ਨ ਕਿਵੇਂ ਮਿਲੀ, ਫੀਸਾਂ ਕਿਵੇਂ ਭਰੀਆਂ, ਅਤੇ ਇੱਥੋਂ ਤੱਕ ਕਿ 6 ਵਜੇ ਬਸ ਪੜ੍ਹਨੀ ਪੈਂਦੀ ਸੀਗੀ ਜਾਂ 5:30 ਵਾਲੀ ਮੋਟਰ ਚੱਲਦੀ ਹੁੰਦੀ ਸੀ, ਅਤੇ ਉਹ ਲੁਧਿਆਣੇ ਜਾਂਦੀ ਹੁੰਦੀ ਸੀ। ਅਤੇ ਲੁਧਿਆਣੇ ਮੈਂ ਡਿਗਰੀ ਕੀਤੀ, ਜਿਹੜੀ ਮੇਰਾ 12-12.5 ਲੱਖ ਰੁਪਈਆ ਲੱਗ, ਅਤੇ ਉਹ 'ਚ ਮੈਨੂੰ ਇਹ ਲੱਗਦਾ ਵੀ 3-3.5 ਲੱਖ ਰੁਪਈਆ ਮੇਰੇ ਹੋਸਟਲ ਦੀ ਫੀਸ ਸੀ। ਉਹ ਹੋਸਟਲ ਦੀ ਫੀਸ ਕਿਉਂ ਭਰਨੀ ਪੈਂਦੀ? ਕਿਉਂਕਿ ਸਾਡੇ ਨੇੜੇ ਤੇੜੇ ਕਾਲਜ ਹੀ, ਇੱਕ ਕਾਲਜ ਹੈ ਨਹਿਰੂ ਕਾਲਜ, ਉਹਦਾ ਤੁਸੀਂ ਆ ਕੇ ਆਪ ਤੁਸੀਂ ਪੱਤਰਕਾਰ ਸਾਹਿਬ ਉਸ ਸਮੇਂ ਤੋਂ ਬੈਠੇ ਜਾਣ, ਤੁਸੀਂ ਜਾ ਕੇ ਹਾਲ ਦੇਖਿਆ। ਉੱਥੇ ਲਾਇਬ੍ਰੇਰੀਅਨ ਨਹੀਂ, ਕੋਈ ਟੀਚਰ ਰੈਗੂਲਰ ਨਹੀਂ ਹੈਗਾ, ਕੋਈ ਉਹ ਸਬਜੈਕਟ ਨਹੀਂ ਵੀ ਜਿਹਨਾਂ ਦਾ ਅੱਗੇ ਮੁੱਲ ਪਵੇ, BA MA ਉਹ ਸਾਰੀ ਦੁਨੀਆ ਕਰੀ ਫਿਰਦੀ ਹੈ, ਪੜ੍ਹਦਾ ਫਿਰ ਉੱਥੇ ਪੜ੍ਹਾਈ ਹੋ ਜਾਂਦੀ ਹੈ, ਫਿਰ ਨੌਕਰੀਆਂ ਨਹੀਂ ਮਿਲਦੀਆਂ, ਫਿਰ ਉਹ ਅੱਗੇ ਰੌਲਾ ਰੱਪਾ ਤੁਹਾਨੂੰ ਪਤਾ ਹੀ ਹੈ। ਚੌਥਾ ਪੁਆਇੰਟ ਇਹ ਹੈ ਕਿ ਜਿਹੜਾ ਮਾਨਸਾ ਦੇ ਵਿੱਚ ਯੂਨੀਵਰਸਿਟੀ ਅਤੇ ਕਾਲਜ ਦੀ ਸਥਾਪਨਾ, ਕਿਉਂਕਿ ਸਾਨੂੰ 2000 ਮੈਨੂੰ ਲੱਗਦਾ 16 ਦੇ ਵਿੱਚ ਅਤੇ ਪਤਾ ਨਹੀਂ 12 ਦੇ ਵਿੱਚ ਆਪਾਂ ਨੂੰ ਜਗ੍ਹਾ ਵੀ ਅਲੋਟ ਹੋਈ ਸੀ ਯੂਨੀਵਰਸਿਟੀ ਦੀ, ਇੱਥੇ ਸਟਾਰਟ ਹੋਊਗਾ ਕੰਮ, ਪਰ ਉਹ ਫਿਰ ਵਿੱਚ ਰੋਕਤੀ ਗਈ। ਮੈਨੂੰ ਨਹੀਂ ਪਤਾ ਉਹ ਕਿਉਂ ਰੁਕੀ, ਵੀ ਇੱਕ ਨਾ ਇੱਕ ਮੁੱਦਾ ਹੈ ਕੱਲਾ ਮਕੱਲਾ ਵੀ ਜਿਹੜਾ ਹੈਗਾ, ਇੱਥੇ ਕੋਈ ਇੰਜੀਨੀਅਰਿੰਗ ਕਾਲਜ ਜਾਂ ਕੋਈ ਮੈਡੀਕਲ ਕਾਲਜ ਇੱਥੇ ਹੋਵੇ। ਹੁਣ ਤੁਸੀਂ ਸਾਡੇ ਗੁਆਂਢੀ ਬਠਿੰਡੇ ਹੋ ਗਏ, ਸਾਡੇ ਇੱਥੇ ਤਲਵੰਡੀ ਸਾਹਿਬ ਹੋ ਗਏ, ਤਲਵੰਡੀ ਸਾਹਿਬ 3 ਯੂਨੀਵਰਸਿਟੀਆਂ ਨੇ, ਅਤੇ ਸਾਡੇ ਮਾਨਸਾ 'ਚ ਵੀ ਕੋਈ ਕਾਲਜ ਹੈ ਜੇ ਅਸੀਂ ਦੇਖਿਆ ਜਾਵੇ। ਸੋ ਚੌਥਾ ਪੁਆਇੰਟ, ਮਾਨਸਾ ਵਿੱਚ ਯੂਨੀਵਰਸਿਟੀ ਅਤੇ ਕਾਲਜ ਸਥਾਪਿਤ। ਪੰਜਵਾਂ, ਸਾਡੇ ਕੋਲ ਹੋਸਪਿਟਲ ਹੈਗਾ, ਬਾਰਟੈਂਡੈਂਟ ਨਹੀਂ, ਡਾਕਟਰ ਨਹੀਂ, ਜੇ ਆਪਾਂ ਕਹੀਏ ਡਾਇਲਿਸਿਸ ਦੀਆਂ ਮਸ਼ੀਨਾਂ ਨਹੀਂ, ਸਪੈਸ਼ਲ RTA ਸੈਕਸ਼ਨ ਨਹੀਂ। RTA ਸੈਕਸ਼ਨ ਵਾਸਤੇ ਮੈਂ CM ਸਾਹਿਬ ਨੂੰ ਇੱਥੇ ਕਿਹਾ ਸੀ, ਸਾਨੂੰ 40 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀਗੀ, ਅਤੇ ਉਹਦਾ ਕੰਮ ਸਟਾਰਟ ਹੋ ਗਿਆ। ਪਰ ਡਾਕਟਰਾਂ ਅਤੇ ਨਰਸਾਂ ਦੀਆਂ ਜਿਹੜੀਆਂ ਖਾਲੀਆਂ ਸਾਮੀਆਂ ਨੇ, ਸਾਡਾ ਜ਼ੋਰ ਰਹੂਗਾ ਕਿ ਅਸੀਂ ਜਿੱਥੇ ਜਿਹੜੇ ਇੱਥੇ ਬੰਦੇ ਮਿਸਿੰਗ ਨੇ ਉਹ ਬੰਦੇ ਲੈ ਕੇ ਆਏ। ਬਿਲਡਿੰਗ ਤਾਂ ਬਣ ਜੂਗੀ, ਪਰ ਡਾਕਟਰਾਂ ਤੋਂ ਬਿਨਾਂ ਵਿਰਾਮ ਹੈ, ਡਾਕਟਰਾਂ ਅਤੇ ਨਰਸਾਂ ਦੀਆਂ ਖਾਲੀਆਂ ਪਈਆਂ ਅਸਾਮੀਆਂ, ਇਹ ਵੀ ਆਪਾਂ ਸੋਟੜ ਕਰਨਾ। ਪੰਜਵਾਂ ਪੁਆਇੰਟ ਸੀ। ਛੇਵਾਂ, ਹੁਣ ਪਿੰਡਾਂ ਵਿੱਚ ਜਾਂਦੇ ਹਾਂ, ਬੁੜੀਆਂ ਕਹਿੰਦੀਆਂ ਭਾਈ ਸਾਡੇ ਕੋਲ ਕੰਮ ਨਹੀਂ, ਇੱਕੋ ਇੱਕ ਕੰਮ ਰਹਿ ਗਿਆ ਬੁੜੀਆਂ ਕੋਲ ਜਿਹੜੀਆਂ ਗਰੀਬ, ਯਾਨੀ ਕਿ ਸਾਡੇ ਭਾਈਚਾਰੇ 'ਚ ਆ ਜਾਂਦੀ ਜਿਹੜਾ ਦੇ ਨਰੇਗਾ, ਅਤੇ ਨਰੇਗਾ ਵੀ ਇਹੋ ਜਿਹਾ ਕੰਮ ਵੀ ਕੰਟੀਨਿਊਸਲੀ ਪੇ ਨਹੀਂ ਹੋਈ, ਕੋਈ ਇੰਨੇ ਪੈਸੇ ਨਹੀਂ। ਸੋ ਕੁਛ ਨਾ ਕੁਛ ਤਾਂ ਆਪਾਂ ਨੂੰ ਉਹਨਾਂ ਨੂੰ ਕੰਮ ਕਰਨ ਲਈ ਕੁਛ ਨਾ ਕੁਛ ਇਹੋ ਜਿਹਾ ਸਿਸਟਮ ਸੈਟਅਪ ਕਰਨਾ ਪੈਣਾ ਜਿਹੜੀਆਂ ਲੇਡੀਜ਼ ਨਹੀਂ ਕਰ ਸਕਣ। ਇਹ 6ਵਾਂ ਪੁਆਇੰਟ ਹੈ, ਆਰਥਿਕ ਪੱਖੋਂ ਕਮਜ਼ੋਰ ਮਹਿਲਾਵਾਂ ਲਈ ਸਿਲਾਈ ਸੈਂਟਰ ਸਥਾਪਿਤ ਕੀਤੇ ਜਾਣ, 6 ਕਰੋੜ ਬੁਟੀਕ ਹੀ ਬਣ ਜਾਵੇ ਇੱਕ, ਉਹ ਵੀ ਇੱਕ ਯਾਨੀ ਕਿ ਆਪਾਂ ਕਹਿੰਦੇ ਵੀ ਕਿੱਤਾ ਮੁਖੀ ਸਿਖਲਾਈ ਹੋ। 7ਵਾਂ, ਹੁਣ ਜਦੋਂ ਪਿੰਡਾਂ 'ਚ ਜਾਂਦੇ ਹਾਂ, ਇੱਕ ਇਹ ਚੀਜ਼ ਹੈ ਸਾਨੂੰ ਲੋਕ ਪਛੜੇ ਕਿਉਂ ਕਹਿੰਦੇ ਨੇ ਕਿ ਸਾਨੂੰ ਸਾਡੇ ਮੁੱਦਿਆਂ ਦਾ ਨਹੀਂ ਪਤਾ ਕਿ ਸਾਨੂੰ ਚਾਹੀਦਾ ਕੀ, ਅਸੀਂ ਮੰਗਣਾ ਕੀ ਹੈ। ਪਰਸਨੈਲਿਟੀ ਡਿਵੈਲਪਮੈਂਟ 'ਤੇ ਕੰਮ ਕਰਨਾ ਪੈਣਾ, ਜਿਵੇਂ SC ਅਤੇ OBC ਭਾਈਚਾਰੇ ਦੇ ਨੌਜਵਾਨਾਂ ਦੀ ਸ਼ਖਸੀਅਤ ਵਿਕਾਸ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਯਾਨੀ ਕਿ ਗਰਾਊਂਡ ਲੈਵਲ ਐਜੂਕੇਟ ਕੀਤਾ ਜਾਊਗਾ। ਕੁਛ ਨਾ ਕੁਛ ਐਸਾ ਅਸੀਂ ਪਲਾਨ ਲੈ ਕੇ ਆਵਾਂਗੇ ਕਿ ਬੰਦਿਆਂ ਨੂੰ ਪਤਾ ਤਾਂ ਹੋਵੇ ਵੀ ਸਾਡੀਆਂ ਮੰਗਾਂ ਕੀ ਨੇ। ਤੁਸੀਂ ਯਕੀਨ ਨਹੀਂ ਕਰਨਾ, 62 ਪਿੰਡ ਨੇ ਸਾਡੇ ਹਲਕੇ ਦੇ, 62 ਪਿੰਡਾਂ ਦੇ ਵਿੱਚੋਂ ਸਿਰਫ ਇੱਕ ਹਲਕੇ ਦੀ ਪੰਚਾਇਤ ਨੇ ਹੋਸਪਿਟਲ ਦੀ ਮੰਗ ਕੀਤੀ, ਬਾਕੀ ਕੁਛ ਹੋਰ ਹੀ ਮੰਗੀ ਹੈ ਜੋ ਇੰਨੀ ਨੈਸੈਸਰੀ ਨਹੀਂ ਹੈਗੀ। ਸੋ ਮੰਗਾਂ ਦੀ ਜਾਗਰੂਕਤਾ ਫੇਰ ਹੀ ਆਉਂਦੀ ਬੰਦੇ ਐਜੂਕੇਟ ਹੋ, ਜਿਹੜੀ ਪਰਸਨੈਲਿਟੀ ਡਿਵੈਲਪ ਹੋ। ਸੋ ਉਹਨਾਂ ਨੂੰ ਇੱਕ ਉਹਨਾਂ ਦੀ ਸ਼ਖਸੀਅਤ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੇ ਕੁਛ ਨਾ ਕੁਛ ਕਰਨ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਜਾਰੀ ਕਰਨੇ ਅਸੀਂ ਚਾਹੁੰਦੇ ਹਾਂ। ਹੁਣ ਵੀ ਜਿਵੇਂ ਤਲਵੰਡੀ ਸਾਹਿਬ ਕੋਲ ਇੱਥੇ ਕਾਲਜ ਖੁੱਲ੍ਹਿਆ, ਮਾਨਸਾ ਇੰਜੀਨੀਅਰਿੰਗ ਕਾਲਜ ਕੋਈ ਨਹੀਂ, ਇਹ ਮੇਰਾ ਹੈਗਾ 8ਵਾਂ ਪੁਆਇੰਟ। ਹੁਣ ਇੱਥੇ ਇੱਕ ਬੱਸ ਚੱਲਦੀ ਹੈ ਸਵੇਰੇ, ਉਹ ਜਿਹੜੀ ਪੰਜਾਬੀ ਯੂਨੀਵਰਸਿਟੀ ਦੀਆਂ ਪਟਿਆਲੇ ਵਾਲੀਆਂ ਬੱਸਾਂ ਨਹੀਂ ਹੈਗੀਆਂ ਜਿਹੜੀਆਂ ਜਾਂਦੀਆਂ ਸਵੇਰੇ, ਸਟੂਡੈਂਟ ਇੱਥੋਂ ਬੈਠਦੇ ਨੇ ਸਾਰੇ, ਤਾਂ ਇਕੱਠੀਆਂ ਇੱਥੋਂ ਇਕੱਠੇ ਕਰਕੇ ਲੈ ਕੇ ਜਾਂਦੇ, ਤਲਵੰਡੀ ਲੈ ਕੇ ਜਾਂਦੇ, ਫਿਰ ਤਲਵੰਡੀਓ ਸ਼ਾਮ ਨੂੰ ਬੱਸ ਆਉਂਦੀ ਹੈ ਸਪੈਸ਼ਲ ਸਟੂਡੈਂਟਸ ਦੀ। ਸੋ ਅਸੀਂ ਜਿਵੇਂ ਹੁਣ ਟਰਾਂਸਪੋਰਟ ਮੰਤਰੀ ਸਾਡਾ ਭਰਾ ਰਾਜਾ ਵੜਿੰਗ ਸੀ, ਅਸੀਂ ਇਹ ਡਿਮਾਂਡ ਜ਼ਰੂਰ ਕਰਾਂਗੇ ਵੀ ਸਪੈਸ਼ਲ ਕਾਲਜ ਦੇ ਲਈ 200 ਸਰਕਾਰੀ ਪਰਮਿਟ ਜਾਰੀ ਕੀਤੇ ਜਾਣ, ਵੀ ਉਹ ਵੱਖੋ ਵੱਖਰੇ ਮੁੰਡੇ ਇਸ ਹਿਸਾਬ ਨਾਲ ਡਿਜ਼ਾਇਨ ਕਰੇ ਜਾਣ ਵੀ ਉਸ ਸਵੇਰੇ ਕਾਲਜ ਨੂੰ ਬੱਸਾਂ ਆਇਆ ਕਰਨ, ਵੀ ਡਿਫੀਕਲਟੀ ਹੁੰਦੀ ਹੈ ਸਾਡੇ ਜਵਾਕਾਂ ਨੂੰ। ਮੈਂ ਜਦੋਂ ਮੇਰੇ ਬਚਪਨ ਦੇ ਵਿੱਚ ਹੁੰਦਾ ਸੀ ਅਤੇ ਸਵੇਰੇ 6 ਵਜੇ ਮੈਂ ਪਹਿਲਾਂ ਭੱਜ ਕੇ ਗਾਗੋ ਵਾਲੇ ਕਿਤੇ ਜਾਂਦਾ, ਫਿਰ ਇਹ ਨਹੀਂ ਪਤਾ ਵੀ ਬੱਸ ਮਿਲਦੀ ਜਾਂ ਨਾ ਮਿਲਦੀ ਹੈ, ਕਿ
जो कमियां पेशियां सी अपने बचपन के देखिए मैं लगता भी स्टूडेंटा वास्ते हम दोबारे हालात हाले भी हुई ने साढ़े बड़े कोई टाइम होंगे ही सरकारी बस का वो सवेरे 6 बजे बाहर कहते थे उन्होंने जोड़ा अपना पत्रकार साहब तुम देखे होने जितों कागवा सड़क मुड़ती है मुस्लिम सड़क मुड़ती है वो बारों बार जाती हुई सी बस हूँ असं उदा पिंड बिजली करा ली जो सा थोड़ा बहुत विचार पिंड के जो चढ़ने तुट के जाना पैदा सारे सो आवाजाई का साधन बहुत जरूरी है स्पैशली स्टूडेंट्स वास्ते ते नौवां मानसा में छोटे के दरमियाने पद्धर के उद्योगों का विकास किया जाए हुण हरेक पिंड जाने हरेक शहर च जाने लोग मंग करते हैं साढ़े कोल रुजगार नहीं साढ़े कोल काम नहीं सानू नौकरी दो साढ़े कोल नौकरियां कितनियां किन्ने क बंदे नूं असीं नौकरी दे सकते मैं पिंडा के गल समझा उन्हें एग्जाम्पल दिना हूँ मैं क्या भी जो आप सारे नौकरियां नहीं दे सकते सारे ना नौकरियां मिली हूँ मेरे नाल एक मुंडा हों से एक कमरे के होस्टल रूम साढ़े रूममेट से मेरा बहुत कुछ मित्र से कमरे को वह अच्छे एस यू दौड़ च है जेई लग गया और 90% मार्क्स से टॉपर से क्लास का मेरे 68% मार्क्स से मैं रह गया मैंने जॉब नहीं मिली पर मैं कि किता मैं स्वय किया शुरू किया मैं अपनी टैलेंट पछाणा भी मैं कर की सकता मेरे ढोलकी रह सके मैं वो कर दिया सो भी जोड़े छोटे के दरम्यान पद्धर के रुजगार होंगे ने ना बहुत चीज़ा होंगे ने कल कहने होंगे ना भी कम कोई छोटा व्डा नहीं होता भी पर ग्रो करने का लैवल तरीका होना चाहिए कई बंदे ने जो नौकरी तो 30,000 रुपया कमाते कई बंदे ने जो कुलचे वर्ग की डिग्री तो 50,000 रुपये भी गर कमा लेते सो भी आप जो दरम्याने पद्धर के योग ने उन्होंने डिवेलप किमें करना वो भी एक ब्यौत बनानी पैनी तो दसवां नंबर भी हल्के छोटे दुकानदार के कारोबारियों के विकास में विशेष ध्यान देना हूँ जिमें आड़ती एसोसीएशन है हम बेचारे जो हम दुकानदार आ गए कारोबारियों आ गए इन्हों सरकार वालों बहुत यानी कि कई बार पर्ची बढ़ जाती है कल कुछ बढ़ गया कल कुछ बढ़ गया हम जिम्मे रजिस्ट्री की प्रॉब्लम आई हुई सी NOC का इशू सी मैं CM साहब तो भी फोन करवा के वो देखा सिस्टम जिमें स्टाल हो गए उन्होंने मसला उलझा हुआ है भी निके निके कारोबार ने जोड़े बंदे सौखी रोटी खा सकते हैं भी उन्होंने कई निकिया निकिया प्रॉब्लम ने जिड़िया जमी माइन्यूट कह सकते हैं उन्होंने प्रॉब्लम वो सॉफ्ट करने की अं कोशिश करा भी उन्होंने कोई प्रॉब्लम ना आए तो ईजली इतनी व्यापार मध्यवर्गीय बंद का भी ग्रो हो सके उस चीज़ का ध्यान रखेंगे भी कोई कोई अफसर नजाए तंग ना करे हूँ जिमें सब्जी मंडी वाले आड़ती है उन्होंने को वो कहने सूँ कोई फलाना अफसर तंग करता करे फलाना अफसर तंग करता भी असं इस तरीके का सिस्टम रखा कि इतों के कारोबारी कुछ रहन ये ना वो भी धंधा चढ़ के चल जाए असल रीढ़ की हड्डी तो मानसा ही कारोबारी नहीं है साढ़े सिर्फ लोग ने जो बिजनेस करते हैं जो आप उन्होंने टेक केयर नहीं करेंगे तो फिर सो 11वां पॉइंट यह है पिंडा के जाने स्पैशली पिंडा किसी का घर बचा सुसाइड कर गया किसी का कोई काम करते किसी की मौत हो गई तो उन्होंने बच्चे ने दो तीन तीन घर टुटिया होया भी उन्होंने बेचारे ने कोई जो काम भी कर दिया ने तो उन्होंने मुश्किल हो जाती एक लेडी सिंगल लेडी दो बच्चों का बोझ नहीं चक सकती घर की कोई लेडी नहीं चक सकती तो थोड़ी फाइनैशियल हेल्प तो असी जोर देने होंगे क्योंकि साढ़े लोग बेचारे भाड़ते हैं जोड़े पिंड जाने कोई ना कोई बीबी कहती बहुत मेरी पिलसन मैं सरपंच के मूँह नहीं देखता भी भाई पिलसन नहीं बनाई हेल्थ वो कह दिया भाई मैं कालेज भेजते हूँ कालेज भेज के दोबारे पसंद क्यों नहीं लगी ये बारे कोई नहीं जान सो कोई ना कोई सिस्टम सैटअप मोटो सप्रेंड योजा लैके आना चाहिए लैके आवे अस कि जोड़ा पेंशन जो गलबात भी मुक्की जाए तो दूजी गल लास्ट सा बारहवा पॉइंट है सैकेंड लास्ट पॉइंट है किसान अंदोलन में अपनी जान कुर्बान करने वाले बच्चों प्राइमरी तो वह तक मुक्त सिक्ख्या की नौकरी दी जाएगी ये मैं पहली इंप्लीमेंट करता भाई ये इंप्लीमेंट किया एक IELTS सेंटर खोलिया मेरे ताया जी ने खोलिया जिन्हें भी किसानों के बच्चे जो शहीद हो फ्री IELTS करवाए सो अगे भी असं कोई ना कोई यह प्लैन चाहते हैं कि जेडे जिन्होंने जिन्होंने माता पिता किसान अंदोलन शहीद हो गए साढ़े तो बहुत शहीद हुए हैं साढ़े जिले चो
ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਬੱਚਿਆਂ ਦੇ ਵਿਕਾਸ ਲਈ ਕੋਈ ਨਾ ਕੋਈ ਇਹੋ ਜਿਹੀ ਪਲੈਨਿੰਗ ਲੈ ਕੇ ਆਈਏ ਕਿ ਉਹਨਾਂ ਦੇ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇ, ਚਾਹੇ ਉਹ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੋਵੇ, ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਹੈਲਪ ਕੀਤੀ ਜਾਵੇ। ਅਤੇ ਲਾਸਟ ਪੁਆਇੰਟ, ਵੱਖ ਵੱਖ ਖੇਡਾਂ ਲਈ ਸਪੋਰਟਸ ਸਟੇਡੀਅਮ ਬਣਾਏ ਜਾਣਗੇ ਅਤੇ ਕਬੱਡੀ ਖਿਡਾਰੀ ਜਾਣੀ ਸਰਕਾਰੀ ਮਦਦ ਨੂੰ ਮਦਦ ਮੁਹੱਈਆ ਕੀਤੀ ਜਾਵੇਗੀ। ਹੁਣ ਇਹ ਬੜਾ ਮੇਨ ਪੁਆਇੰਟ ਹੈ, ਜਦੋਂ ਮੈਂ ਸਾਡੇ ਪਿੰਡ ਦੀ ਸਰਪੰਚੀ 'ਚ ਆਇਆ ਸੀ, ਸਾਡੇ ਪਿੰਡ ਇੱਕ ਵੀ ਗਰਾਊਂਡ ਨਹੀਂ ਸੀ, ਇੱਕ ਗਰਾਊਂਡ ਸੀਗਾ 5 ਕਿੱਲਿਆਂ ਦਾ, ਪਰ 4 ਕਿੱਲੇ ਸਕੂਲ ਨੇ ਠੇਕੇ ਦੇ ਦਿੱਤੇ ਹੋਏ ਸੀ ਅਤੇ 1 ਕਿੱਲੇ ਦੇ ਵਿੱਚ ਵੀ ਲੋਕ ਝੋਨਾ ਢੋਹ ਲੈਂਦੇ ਸੀ ਜਾਂ ਕਣਕ ਢੋਹ ਲੈਂਦੇ ਸੀ। ਅਤੇ ਮੈਂ ਜਦੋਂ ਸਾਡੀ ਪੰਚਾਇਤ ਦੇ ਵਿੱਚ ਆਇਆ, ਅਸੀਂ 3 ਗਰਾਊਂਡ ਪਾਸ ਕਰਵਾਏ, ਇੱਕ 45 ਲੱਖ ਰੁਪਏ ਦਾ ਵੱਡਾ ਟਰੈਕ ਪਾਸ ਕਰਵਾਇਆ ਅਤੇ ਉਹ 5 ਕਿੱਲੇ ਛਡਾਏ ਹੋਇਆ ਤੱਕ ਲਈ ਮੇਰਾ ਪੂਰਾ ਪਿੰਡ। ਮੇਰੇ ਕਈ ਇਹ ਵੀ ਕਹਿੰਦੇ ਪੁੱਤ ਕਣਕ ਬੀਜ ਲਈ, ਮੈਂ ਕਿਹਾ ਜਦੋਂ ਜਵਾਕ ਹੀ ਨਹੀਂ ਬਚੇ ਕਣਕ ਦਾ ਕੀ ਕਰੋਗੇ ਭਾਈ, ਜਵਾਕ ਤਾਂ ਆਪਣੇ ਨਸ਼ੇ 'ਚ ਗਲਤਾਨ ਹੋ ਜਾਂਦੇ। ਜਿਹਨਾਂ ਨੂੰ ਖੇਡਣ ਨੂੰ ਟਾਈਮ ਮਿਲੂ, ਜਿਹੜਾ ਤਾਸ਼ ਖੇਡੀ ਹੁੰਦੀ ਆ, ਕਦੇ ਤਾਸ਼ ਖੇਡਣ ਦੀ ਉਮਰ ਥੋੜ੍ਹੀ ਹੁੰਦੀ ਵੀ ਪੈ ਸਕਦਾ ਜਵਾਕ ਨੂੰ। ਸੋ ਸਾਡੀ ਮੇਨ ਅਤੇ ਲਾਸਟ ਪੁਆਇੰਟ ਇਹ ਰਹਿ ਗਿਆ ਸੀਗਾ ਕਿ ਵੱਖ ਵੱਖ ਖੇਡਾਂ ਲਈ ਵਧੀਆ ਗਰਾਊਂਡ। ਸਾਡੇ ਪਿੰਡ ਦੇ ਵਿੱਚ ਅਸੀਂ ਵਾਲੀਬਾਲ ਟਰੈਕ ਤਿਆਰ ਕੀਤਾ, ਇੱਕ ਵਧੀਆ ਗਰਾਊਂਡ ਹੈ, ਇੱਕ ਅੱਧਾ ਬਾਸਕਿਟਬਾਲ ਦਾ ਤਿਆਰ ਕਰ ਰਹੇ ਹਾਂ, ਇੱਕ ਜਿਮ ਲਿਆਉਂਦਾ। ਇਹ ਯਾਨੀ ਕਿ ਮੇਨ ਉਹਨਾਂ ਨੇ ਜਿਹੜੀਆਂ ਨਿੱਕੀਆਂ ਨਿੱਕੀਆਂ ਮਾਈਨਿਊਟ ਚੀਜ਼ਾਂ ਜਿਹੜੀਆਂ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ। ਅਤੇ ਦੂਜੀ ਗੱਲ ਇਹ ਹੈ ਵੀ ਸਾਡੇ ਪਿੰਡਾਂ ਦੇ ਵਿੱਚ ਕਬੱਡੀ ਪਲੇਅਰ ਬਹੁਤ ਨੇ, ਅਤੇ ਕਬੱਡੀ ਇੱਕ ਇਹੋ ਜਿਹੀ ਗੇਮ ਹੈ ਜਿਹਦੇ ਵਿੱਚ ਨੁਕਸਾਨ ਦਾ ਐਡਾ ਕੀ ਕਹਿੰਦੇ ਹੁੰਦੇ ਆਪਾਂ ਵੀ ਚਾਂਸਿਸ ਜ਼ਿਆਦਾ ਨੇ ਵੀ ਉਹ ਦੁਬਾਰੇ ਖੇਡ ਹੀ ਨਹੀਂ ਸਕਦੇ। ਕਈ ਬੰਦੇ ਨੇ ਵਿਚਾਰਿਆਂ ਜੇ ਗੋਡਾ ਨਿਕਲਣ ਲੱਗ ਗਿਆ, ਮੈਂ ਕਈ ਮੁੜ ਕੇ ਖੇਡ ਹੀ ਨਹੀਂ ਪਾਉਂਦੇ ਅਤੇ ਉਹਨਾਂ ਦਾ ਕਰੀਅਰ ਬਰਬਾਦ ਹੋ ਜਾਂਦਾ। ਉਹਨਾਂ ਲਈ ਕੋਈ ਵਿੱਤੀ ਸਹਾਇਤਾ ਪਲੇਅਰਸ ਵਾਸਤੇ, ਉਹਨਾਂ ਦੀ ਐਪਰੀਸ਼ੀਏਸ਼ਨ ਵਾਸਤੇ, ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਵੀ ਕੋਈ ਨਾ ਕੋਈ ਉਹਨਾਂ ਵਾਸਤੇ ਕੋਈ ਸਕੀਮ ਲੈ ਕੇ ਆਈਏ, ਕੋਈ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਕੀਤੀ ਜਾ ਸਕੇ, ਆਫਟਰ ਦੇ ਕਰੀਅਰ ਪਾਉਣ, ਉਹਨਾਂ ਨੂੰ ਅਸੀਂ ਕੋਈ ਸਪੋਰਟ ਕਰ ਸਕੀਏ। ਸੋ ਭਾਈ, ਇਹ ਮੇਰੇ ਮਾਨਸਾ ਦੇ ਵਾਅਦੇ ਸੀ, ਵਾਅਦਾ ਹੀ ਕਹਿ ਲਓ ਜਾਂ ਮੇਰੇ ਜੋ ਮੇਰੇ ਮਨ ਦੇ ਵਿੱਚ ਵਿਚਾਰ ਸੀ ਕਿ ਮੈਂ ਇਹ ਇੰਪਲੀਮੈਂਟ ਕਰਨਾ ਚਾਹੁੰਦਾ, ਸਪੈਸ਼ਲੀ ਇਹਦੇ 2 ਟੋਪਿਕ ਸੀ ਜਿਹੜੇ ਕੈਂਸਰ ਹੋਸਪਿਟਲ ਐਂਡ ਯੂਨੀਵਰਸਿਟੀਜ਼ ਦਾ ਮੇਨ ਨੇ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇੰਪਲੀਮੈਂਟ ਹੋ ਜਾਵੇ ਸਾਰੇ ਨਾ, ਹੁਣ ਤਾਂ ਘੱਟੋ ਘੱਟ 2 ਤਾਂ ਹੋਣੇ ਹੀ ਹੋਣ ਕੈਂਸਰ ਹੋਸਪਿਟਲ ਅਤੇ ਯੂਨੀਵਰਸਿਟੀ, ਕਿਉਂਕਿ ਇਹ ਮੁੱਢਲੀਆਂ ਚੀਜ਼ਾਂ ਨੇ। ਸਾਡੇ ਲੋਕ ਗਲੀਆਂ ਨਾਲੀਆਂ ਨੂੰ ਵਿਕਾਸ ਸਮਝੀ ਜਾਂਦੇ ਆ, ਪਰ ਵਿਕਾਸ ਤਾਂ ਸਿਹਤ ਅਤੇ ਸਿੱਖਿਆ। ਸਾਡੀ ਸਿਹਤ ਕੈਂਸਰ ਨਹੀਂ, ਨਾਲੀ ਸਿੱਖਿਆ ਲਈ ਸਾਡੇ ਕੋਲ ਕੋਈ ਮਾਧਿਅਮ ਨਹੀਂ। ਸੋ ਇੰਨੀਆਂ ਕੁ ਗੱਲਾਂ ਸੀ, ਜੇ ਕੋਈ ਕੁਸਚਨ ਵਗੈਰਾ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਦੇਖੋ ਜੀ, ਮੇਰੀ ਕੋਸ਼ਿਸ਼ ਇਹ ਹੈ ਕਿ ਜਿੰਨੀਆਂ ਚੀਜ਼ਾਂ ਮੈਂ ਸਰਕਾਰੀ ਤੌਰ 'ਤੇ ਇੰਪਲੀਮੈਂਟ ਕਰ ਸਕਾਂ, ਨਿੱਜੀ ਤੌਰ 'ਤੇ ਤਾਂ ਮੈਂ ਕੋਈ ਐਡਾ ਰਿਲਾਇੰਸ ਵਾਲਾ ਨਹੀਂ ਜਾਂ ਕੋਈ ਧਨਾੜ ਬੰਦਾ ਨਹੀਂ, ਮੇਰੀ ਵੀ ਕੋਈ ਇਲਾਰੀ ਹੈ। ਮੈਂ ਕੋਸ਼ਿਸ਼ ਕਰੂੰਗਾ ਕਿ ਮੋਸਟ ਆਫ ਦਾ ਪ੍ਰੋਸੈਸ ਸਰਕਾਰ ਥਰੂ ਲਿਆਂਦਾ ਜਾਵੇ, ਪਰ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਕੋਈ ਆ ਹੋ ਗਿਆ ਆਪਣਾ ਹੋ ਗਿਆ, ਜਿਵੇਂ ਦਰਮਿਆਨੇ ਪੱਧਰ 'ਤੇ ਜਿਵੇਂ ਹੁਣ ਸਿਲਾਈ ਵਾਲਾ ਹੋ ਗਿਆ, ਮਸ਼ੀਨਾਂ ਕੀ ਹੁੰਦੀਆਂ ਨੇ, ਜੇ ਆਪਾਂ ਦੇਖੀ ਵੀ 70 ਮਸ਼ੀਨਾਂ ਹੋਣ ਲਈ ਪਿੰਡ ਨੂੰ ਦਿੱਤੀਆਂ ਕਿਸੇ ਨੂੰ, ਹੈ ਨਾ, ਇਹੋ ਜਿਹੀ ਮਦਦ ਜਿਹੜੀ ਕਰ ਸਕਦੇ ਹੋਏ ਉਹ ਨਿੱਜੀ ਵੀ ਕੀਤੀ ਜਾਓ। ਵੀ ਜਿਵੇਂ ਹੁਣ ਮੈਂ ਕਹਾਂ ਵੀ ਮੈਂ ਗਰਾਊਂਡ ਕੋਈ 1 ਕਰੋੜ ਦਾ ਬਣਾ ਦਿੰਦਾ, 1.5 ਕਰੋੜ ਲੈ, 1.5 ਕਰੋੜ ਦਾ ਬਜਟ ਚਾਹੀਦਾ। ਸੋ ਜਿਹੜੀਆਂ ਚੀਜ਼ਾਂ ਤਾਂ ਮੈਂ ਇੱਥੋਂ ਆਪ ਕਰ ਸਕਿਆ ਤਾਂ ਮੈਂ ਕਰੂੰ ਵੀ, ਬਾਕੀ ਮੈਂ ਗੌਰਮੈਂਟ ਤੋਂ ਜ਼ਰੂਰ ਟਾਈਮ ਆਵੇ ਜੀ ਬਸ ਬਾਕੀ ਜ਼ਰੂਰ ਕਰਾਂਗਾ। ਹੋਰ ਕੋਈ ਕੁਸ਼ਚਨ ਸਰ? ਜੀ ਸਰ, ਹੁਣ ਤੱਕ ਤੁਹਾਡੇ ਦੂਸਰੀ ਪਾਰਟੀਆਂ ਵਿੱਚ ਜਿਵੇਂ ਆਮ ਆਦਮੀ ਪਾਰਟੀ ਹੈ ਜੀ ਸਰ, ਅਕਾਲੀ ਦਲ ਹੈ ਜੀ, ਕਿੰਨੇ ਪਰਿਵਾਰ ਸ਼ਾਮਲ ਹੋਏ ਤੁਹਾਡੇ ਨਾਲ? ਸਾਡੇ ਖੀਵਾ ਜੱਜਵਾਲ ਦੀ ਪੂਰੀ ਪੰਚਾਇਤ ਹੋਊਗੀ ਜੀ, ਅਤੇ ਬਹੁਤ ਅਕਾਲੀ ਛੱਡ ਕੇ ਆ ਰਹੇ ਨੇ, ਆਮ ਆਦਮੀ ਵਾਲੇ ਛੱਡ ਕੇ ਆ ਰਹੇ ਨੇ, ਕੱਲ੍ਹ ਅਸੀਂ ਆਮ ਆਦਮੀ ਦੇ 3-4 ਪਰਿਵਾਰ ਰਲਾਏ ਨੇ, ਪਿੰਡਾਂ ਦੇ ਵਿੱਚੋਂ ਆਮ ਆਦਮੀ ਦੇ ਲੋਕ ਰਲ ਰਹੇ ਨੇ ਹੁਣ ਜਿਹੜੇ ਪਿਛਲੇ ਸਾਲਾਂ ਦੇ ਵਿੱਚ। ਸੋ ਇਹ ਮੈਨੂੰ ਇਹ ਲੱਗਦਾ ਆਉਣਾ ਜਾਣਾ ਲੱਗਿਆ ਰਹਿਣਾ, ਸਾਡੇ 'ਚੋਂ ਵੀ ਕਈ ਦਿਨ ਗਏ ਆ, ਉੱਧਰ ਉੱਧਰੋਂ ਵੀ ਸਾਡੇ ਬੰਦੀ ਆਏ ਨੇ, ਸੋ ਇਹ ਚੱਲਦਾ ਰਹੇ। ਹਾਂਜੀ ਸਰ, ਪਤਾ ਕੀ ਗੱਲ ਹੈ ਸਰ, ਮੈਂ ਜਦੋਂ ਪਿੰਡਾਂ ਦੇ ਵਿੱਚ ਮੇਰਾ ਕਿਹੜੀ ਗੱਲ ਦਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਦੱਸ ਤੂੰ ਕਰਨਾ ਕੀ ਚਾਹੁੰਦਾ, ਮਤਲਬ ਇਹ ਮੈਨੀਫੈਸਟੋ ਘੱਟ ਮੇਰੀਆਂ ਸਵੈ ਇੱਛਾਵਾਂ ਜਾ ਰਹੀਆਂ ਕਿ ਯਾਰ ਇਹ ਚੀਜ਼ਾਂ ਮੈਂ ਇੰਪਲੀਮੈਂਟ ਕਰੂੰਗਾ ਜਿਵੇਂ ਮਰਜ਼ੀ ਕਰ, ਜਿਹੜੀਆਂ ਚੀਜ਼ਾਂ ਮੈਂ ਆਪਦੇ ਤਨ, ਯਾਨੀ ਕਿ ਆਪ ਕਹਿੰਦੇ ਵੀ ਹੱਡ ਬੀਤੀ, ਇੱਕ ਜੱਗ ਬੀਤੀ ਇੱਕ ਹੱਡ ਬੀਤੀ, ਇਹਨਾਂ ਦੇ ਵਿੱਚੋਂ ਮੋਸਟ ਆਫ ਪੁਆਇੰਟ ਹੱਡ ਬੀਤੀ ਵਾਲੇ। ਹੁਣ ਮੰਨ ਲਈਏ ਮੈਂ ਟੂਰਨਾਮੈਂਟ 'ਤੇ ਗਿਆ, ਉੱਥੇ ਮੈਂ ਜਦੋਂ ਟੂਰਨਾਮੈਂਟ 'ਤੇ ਗਿਆ, ਇੱਕ ਮੁੰਡੇ ਦਾ ਮੇਰੇ ਸਾਹਮਣੇ ਗੋਡਾ ਨਿਕਲ ਗਿਆ,
ਤੇ ਨਾ ਟੂਰਨਾਮੈਂਟ ਵਾਲੇ ਤਾਂ 11,000 ਦਾ ਨਾਮ ਤਾਂ ਦੇ ਦੇਣਗੇ ਵਿਚਾਰੇ, ਪਰ ਜੋ ਕਹਿਣਗੇ ਵੀ ਉਹਦੇ ਬੁੱਢੇ ਦਾ ਇਲਾਜ ਕਿਵੇਂ ਹੋਊਗਾ, ਵਜ਼ੀਰੇ ਕੋਈ ਕਿਵੇਂ, ਉਹ ਤੇ ਇਹ ਵੀ ਹੋ ਸਕਦਾ ਤੇ ਮੁੜ ਕੇ ਖੇਡ ਹੀ ਨਾ ਪਾਵੇ, ਉਹਦਾ ਕਰੀਅਰ ਤਾਂ ਚਲ ਗਿਆ। ਸੋ ਇਹ ਚੀਜ਼ਾਂ ਯਾਨੀ ਕਿ ਡੇਲੀ ਨੋਟਡ ਚੀਜ਼ਾਂ ਨੇ ਵੀ ਇਹ ਕੋਈ ਬਾਹਲੇ ਵੱਡੇ ਇੰਪਲੀਮੈਂਟ ਦੀ ਵੀ ਸਰਕਾਰ ਹਾਂ। ਦੋ ਚੀਜ਼ਾਂ ਬਹੁਤ ਵੱਡੀਆਂ ਨੇ, ਹੋਸਪਿਟਲ ਐਂਡ ਯੂਨੀਵਰਸਿਟੀ। ਸਾਨੂੰ ਪਹਿਲਾਂ ਵੀ ਜਗ੍ਹਾ ਲਾਓ ਤੁਸੀਂ ਇੱਕ ਵਾਰੀ ਯੂਨੀਵਰਸਿਟੀ, ਇਹ ਤੁਹਾਡੇ ਅਖਬਾਰ 'ਚ ਖਬਰਾਂ ਲੱਗੀਆਂ ਹੁਣ ਤੁਸੀਂ ਤੁਹਾਨੂੰ ਪਤਾ ਹੁਣ। ਸੋ ਬਹੁਤ ਮਿਹਨਤ ਤਰਾਸ ਦੀ ਹੈ ਕਿਉਂਕਿ ਸਾਡੇ ਬੱਚਿਆਂ ਕੋਲ ਕੋਈ ਪੜ੍ਹਨ ਜਦੇਗੀ, ਜਦੋਂ ਮੈਂ ਪੜ੍ਹਦਾ ਸੀ ਮੈਨੂੰ ਪਤਾ ਨਹੀਂ ਐਡਮਿਸ਼ਨ ਕਿਵੇਂ ਲਈ। ਸੋ ਇਹ ਚੀਜ਼ਾਂ। ਹੋਰ ਕੋਈ ਕੁਐਸਚਨ ਸਰ? ਜੀ ਸਰ, ਬਾਈ ਜੀ ਮੈਂ ਹਰੇਕ ਸਪੀਚ 'ਚ ਲੋਕਾਂ ਨੂੰ ਸਮਝਾਉਣਾ, ਕਿਤੇ ਨਾ ਕਿਤੇ ਮੇਰੇ ਤੋਂ ਲੋਕ ਨਾਰਾਜ਼ ਵੀ ਹੋਏ ਨੇ ਵੀ ਯਾਰ ਤੂੰ ਐ ਨਾ ਬੋਲਿਆ। ਮੈਂ ਕਿਹਾ ਯਾਰ ਜੇ ਅੱਜ ਅਸੀਂ ਵੀ ਬੋਲਾਂਗੇ ਤਾਂ ਕੌਣ ਬੋਲੂ। ਹੁਣ ਕਈ ਥਾਵਾਂ 'ਤੇ ਮੈਂ ਉਹਨਾਂ ਨੂੰ ਗੱਲ ਕੀਤੀ, ਮੈਂ ਕਿਹਾ ਯਾਰ ਸਾਨੂੰ ਸ਼ੈੱਡ ਜ਼ਰੂਰੀ ਨੇ ਗਊਸ਼ਾਲਾ ਵਾਲੇ, ਜਾਂ ਫਿਰ ਸਾਨੂੰ ਹੋਸਪਿਟਲ ਜ਼ਰੂਰੀ ਹੈ, ਸ਼ੈੱਡ ਵੀ ਜ਼ਰੂਰੀ ਨੇ, ਸਾਡੀ ਸ਼ਰਧਾ ਜੁੜੀ ਹੋਈ ਹੈ, ਸਾਡੀ ਗਊ ਮਾਤਾ ਜੋ ਵੀ ਸਾਡੀ ਸ਼ਰਧਾ ਸਾਡੇ ਸੈਂਟੀਮੈਂਟਲ ਜੁੜੇ ਹੋਏ ਨੇ ਜ਼ਰੂਰੀ ਨੇ, ਪਰ ਸਾਡੇ ਇਨਸਾਨ ਤਾਂ ਮਰ ਰਹੇ ਨੇ ਬਈ। ਹੋਸਪਿਟਲ ਵੀ ਜ਼ਰੂਰੀ ਹੈ ਅਤੇ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੈ। ਹੁਣ ਮੈਨੂੰ SMO ਮਿਲੇ ਸੀਗੇ ਜਦੋਂ ਮੈਂ ਇਲੈਕਸ਼ਨ ਪਾਰਟੀ ਜੁਆਇਨ ਵੀ ਨਹੀਂ ਸੀ ਕਰੀ ਕਦੇ, ਅਤੇ ਉਹ ਮੈਨੂੰ ਕਹਿੰਦੇ, ਮੈਂ ਕਿਹਾ ਮੈਂ ਉੱਦਾਂ ਹੀ ਪੁੱਛ ਲਿਆ, ਮੈਂ ਕਿਹਾ ਕੀ ਹਾਲ ਹੋਸਪਿਟਲ ਦਾ? ਕਹਿੰਦਾ ਬੇਟਾ ਬਾਰ ਅਟੈਂਡੈਂਟ ਨਹੀਂ, ਸਾਡੇ ਕੋਲ ਕੋਈ ਡਾਇਲਿਸਿਸ ਮਸ਼ੀਨ ਨਹੀਂ ਅਤੇ ਸਾਡੇ ਕੋਲ ਕੋਈ RTA ਸੈਕਸ਼ਨ ਨਹੀਂ। ਮੈਂ ਕਿਹਾ ਜੀ ਵੀ ਫਿਰ ਮੈਂ ਹੱਲ ਕੀ ਹੈ ਇਸ ਚੀਜ਼ ਦਾ? ਹੱਲ ਕਹਿੰਦਾ ਵੀ ਕੁਛ ਨਾ ਕੁਛ ਗ੍ਰਾਂਟ ਆ ਜਾਵੇ ਅਤੇ ਕੁਛ ਨਾ ਕੁਛ ਅਸੀਂ ਇੱਥੋਂ ਬਣਾ ਕੇ ਭੇਜਾਂਗੇ ਵੀ ਥੋੜ੍ਹੇ ਬਹੁਤ ਬੰਦੇ ਆ ਜਾਣ ਤਾਂ ਵੀ ਸਾਡਾ ਕੰਮ ਚੰਗੇ ਤਰੀਕੇ ਨਾਲ ਰੁੜ ਸਕਦਾ। ਸੋ ਇਹ ਚੀਜ਼ਾਂ ਨੇ ਵੀ ਇੰਪਲੀਮੈਂਟ ਕਰਨੀਆਂ ਪੈਣਗੀਆਂ। ਹੋਸਪਿਟਲ ਮੈਨੂੰ ਵੀ ਪਤਾ ਨਹੀਂ ਬਣਦਾ ਨਾ, ਇੱਕੋਦਮ ਬਹੁਤ ਵੱਡੀ ਚੀਜ਼ ਹੈ, ਪਰ ਅਸੀਂ ਹੋਸਪਿਟਲ ਦੇ ਸੈਕਸ਼ਨ ਤਾਂ ਵਧਾ ਸਕਦੇ ਹਾਂ। ਹੁਣ ਜੇ ਮਾਨਸਾ ਮੰਨ ਲਓ ਕਿਸੇ ਦਾ ਇੱਥੇ ਐਕਸੀਡੈਂਟ ਹੋ ਗਿਆ, ਸਿਰ ਪਾੜ ਗਿਆ, ਕਿਸੇ ਦਾ ਕੋਈ ਜ਼ਿਆਦਾ ਡੈਮੇਜ ਹੋ ਗਿਆ, ਸਾਡੇ ਤਾਂ ਜੇ ਲੱਤ ਵੀ ਗਲਤ ਤਰੀਕੇ ਨਾਲ ਟੁੱਟ ਗਈ ਨਾ, ਮਾਨਸਾ ਤੋਂ ਬਠਿੰਡੇ ਨੂੰ ਚੁਕਾ ਦਿਓ ਜਾਂ ਲੁਧਿਆਣੇ ਨੂੰ ਚੁਕਾ ਦਿਓ, ਤੁਸੀਂ ਇਹ ਆਪ ਅਬਜ਼ਰਵ ਕਰ ਦਿਓ। ਮੰਨ ਲਓ ਕਿਸੇ ਨੂੰ ਕੋਈ ਗੋਲੀ ਲੱਗ ਗਈ ਤਾਂ ਸਾਡੇ ਵਾਲਾ ਕੋਲ ਤਾਂ ਵਿਚਾਰੇ ਉਹ ਤਾਂ ਕਹਿੰਦੇ ਵੀ ਚਲੋ ਜੀ ਲੁਧਿਆਣੇ ਨੂੰ ਜਾਓ, ਲੁਧਿਆਣੇ ਜਾਂਦੇ ਜਾਂਦੇ ਜੀ ਬੰਦੇ ਚੱਲ। ਸੋ ਇਹ ਚੀਜ਼ਾਂ ਵੀ ਥੋੜ੍ਹਾ ਬਹੁਤ ਤਾਂ ਇੱਥੇ ਜੇ ਭੀਖੀ ਹੋ ਜਾਵੇ, ਭੀਖੇ ਵਿਚਾਰੇ ਮਾਨਸਾ ਨੂੰ ਭਾਈ ਦੇ, ਮਾਨਸਾ ਵਾਲੇ ਗਾਂ ਲੁਧਿਆਣੇ ਨੂੰ ਭਾਈ ਦੇ। ਬਚਪਨ ਤੋਂ ਸੁਣਿਆ ਨਾ ਕਹਿੰਦੇ ਉਹਨੇ ਲੁਧਿਆਣੇ ਚ ਕਰਦਾ ਭਾਈ, ਪਤਾ ਨਹੀਂ ਬਚੂਗਾ ਬੰਦੇ ਦਾ। ਸੋ ਇਹ ਗੱਲ। ਹਾਂਜੀ ਜੀ ਸਰ, ਮੈਂ ਉਹੀ ਗੱਲ ਕਹਿਣਾ ਹੁੰਦਾ ਸਰ, ਸਾਰੇ ਲੋਕਾਂ ਨੂੰ ਇਹ ਸਮਝਾਉਣਾ ਹੁੰਦਾ ਕਿ ਭਾਈ ਵੋਟਾਂ ਪਾਓ, ਅੰਨ ਭਗਤੀ ਰੱਬ ਦੀ ਵੀ ਮਾਰੀ, ਅੰਨਾ ਵਿਸ਼ਵਾਸ ਕਿਸੇ ਜਨਾ, ਤੁਸੀਂ ਸਿੱਧੂ ਮੂਸੇਵਾਲ ਨੂੰ ਰੱਖੋ, ਵਿਜੇ ਸਿੰਘ ਨੂੰ ਰੱਖੋ, ਪ੍ਰੇਮ ਅਰੋੜੇ ਨੂੰ ਰੱਖੋ, ਹੋਰ ਕੈਂਡੀਡੇਟ ਐਕਸੈਕਟਰ ਐਕਸੈਕਟਰਾ ਜਿਹੜੇ ਜਿਹੜੇ ਹੈਗੇ ਨੇ ਰੱਖੋ, ਅਤੇ ਉਹਨਾਂ ਦੀ ਕ੍ਰੈਡੀਬਿਲਿਟੀ ਚੈੱਕ ਕਰੋ ਕਿ ਕਿਹੜਾ ਬੰਦਾ ਸਰਕਾਰ ਤੋਂ ਬਿਨਾਂ ਵੀ ਕੋਈ ਕੰਮ ਕਰਾ ਸਕਦਾ। ਸੋ ਦੇਖੋ ਜੀ, ਹਾਲਾਤਾਂ ਦਾ ਤਾਂ ਕਿਸੇ ਨੂੰ ਕੋਈ ਨਹੀਂ ਪਤਾ, ਪਰ ਆਪਣੀ ਇੰਨੀ ਕਹੇਗੀ ਵੀ ਥੋੜ੍ਹੇ ਬਹੁਤ ਨਿੱਜੀ ਕੰਮ ਤਾਂ ਅਸੀਂ ਲਈ ਜਾਵਾਂਗੇ, ਚਾਹੇ ਕੋਈ ਸਰਕਾਰ, ਚਾਹੇ ਜ਼ਮੀਨ ਲੈਣੇ ਪਏ। ਕਰਪਸ਼ਨ ਨੂੰ ਲੈ ਕੇ ਤਾਂ ਭਾਈ ਮੇਰਾ ਬਹੁਤ ਸਟੈਂਡ ਹੈ, ਕਿਉਂ ਸਟੈਂਡ ਹੈ? ਮੈਂ ਕਰਪਸ਼ਨ ਹੀ ਦੇਖ ਰਿਹਾ ਵੀ ਇਹਦੇ ਨਾਲ ਖੁੱਲ੍ਹਾ ਸਤ ਹੈ, ਤੁਸੀਂ ਸਮਝ ਸਕਦੇ ਹੋ ਨਾ। ਪਤਾ ਕੀ ਗੱਲ, MLA ਕੋਲ ਨਾ ਇੱਕ ਫੰਡ ਹੁੰਦਾ, ਕੀ ਕਹਿੰਦਾ ਡਿਸਕ੍ਰੀਸ਼ਨਰੀ ਫੰਡ ਹੁੰਦਾ, ਤੇ ਉਹ ਫੰਡ ਦੇ ਵਿੱਚ ਅਸੀਂ ਕੋਈ ਨਾ ਕੋਈ ਐਡਜਸਟਮੈਂਟ ਕਰ ਸਕਦੇ ਹਾਂ, ਉਹ ਸਪੈਸ਼ਲੀ ਇਹਨਾਂ ਚੀਜ਼ਾਂ ਵਾਸਤੇ ਹੁੰਦਾ। ਹੁਣ ਤੁਸੀਂ, ਮੈਂ ਹਲਕਾ ਇੰਚਾਰਜ ਸੀਗਾ ਸਾਡੇ ਜਿੰਨੇ ਇੱਥੇ ਕਿਸਾਨਾਂ ਦੀ। ਹਾਂਜੀ ਸਰ, ਹੈ ਜੀ ਹੁੰਦਾ ਹੈ, ਡਬਲ ਚੈੱਕ ਕਰੋ ਜੀ। ਪਤਾ ਕੀ ਗੱਲ, ਉਹੀ ਤਾਂ ਗੱਲ ਹੈ ਨਾ ਜੀ, ਸਰ ਹੁੰਦਾ ਜੀ ਸਰ, ਪਲੀਜ਼ ਡਬਲ ਚੈੱਕ ਕਨਫਰਮ ਐਂਡ ਟਾਕ ਜੀ। ਨਸ਼ੇ ਨੂੰ ਲੈ ਕੇ ਕੀ ਕਹੋਗੇ ਜੀ, ਮਾਨਸਾ ਜ਼ਿਲ੍ਹੇ ਦੇ ਵਿੱਚ ਨਸ਼ਾ ਫੈਲਿਆ ਪਿਆ ਹੈ, ਤੁਹਾਡਾ ਕੁਐਸਚਨ ਵਿੱਚ ਵਿੱਚ ਆਇਆ ਬੋਲੋ। ਹਾਂ ਕੀ ਦੁਬਾਰੇ ਕੀ ਕਹਿ ਰਹੇ ਸੀ? ਇਹ ਗੱਲ ਸੀ ਜੀ, ਤੁਸੀਂ
नौकरी
ਅਸ਼ਰ ਇੱਥੇ ਤਾਂ ਨਾ ਹੋਵੇ ਬਾਈ ਸ਼ਰਾਬ ਸ਼ਰਾਬ ਤੋਂ ਬਿਨਾਂ ਆਪਾਂ ਗੱਲ ਕਰੀਏ ਚਿੱਟਾ ਹੈਗਾ ਗਾ ਫੀਮ ਹੈਗੀ ਹੈਗੀ ਭੁੱਕੀ ਹੈਗੀ ਨਾ ਨਜਾਇਜ਼ ਹੀ ਤਸਕਰ ਤੁਰੇ ਫਿਰਦੇ ਇੱਥੇ ਪਤਾ ਕੀ ਗੱਲ ਹੈ ਹੁਣ ਮੈਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਹੋਰ ਦਿੰਦਾ ਇੱਕ ਪਿੰਡ ਹੈ ਨਾਂ ਨਹੀਂ ਲੈਣਾ ਉਸ ਪਿੰਡ ਦਾ ਅੱਜ ਵੀ ਮੈਂ ਉੱਥੇ ਜਾ ਕੇ ਆਇਆ ਮੈਂ ਇੱਥੋਂ 15 ਦਿਨ ਪਹਿਲਾਂ ਚੈੱਕ ਵੰਡਣ ਗਿਆ ਉੱਥੋਂ ਦੀ ਇੱਕ ਲੇਡੀ ਆਈ ਉਹ ਕਹਿੰਦੀ ਪੁੱਤ ਵੀ ਘਰ ਪੱਟੇ ਗਏ ਸਾਡੇ ਤਸ ਤਸ ਨੇ ਆਪਣੇ ਮਾਰ ਲਏ ਹੁਣ ਆਪਾਂ ਜੋ ਰੈਪਰ ਇਲੈਕਸ਼ਨ ਕਰਦੇ ਹੁੰਦੇ ਤੁਹਾਨੂੰ ਪਤਾ ਹਰੇਕ ਚੀਜ਼ 'ਤੇ ਮੈਂ ਕਿਹਾ ਮਾਤਾ ਮੈਨੂੰ 9 ਦੇ ਬੰਦਿਆਂ ਨੇ ਮੈਂ ਅੱਜ ਹੀ ਪਰਚਾ ਕਰਾ ਕੇ ਛਕਾਵਾਂ ਸਾਰੇ ਨਸ਼ਾ ਬੰਦ ਕਰ ਦਿੰਦੇ ਪਿੰਡ 'ਚੋਂ ਕਿਹੜੀ ਪੁੱਤ ਮੈਂ ਭੇਜ ਦੀ ਐਪਲੀਕੇਸ਼ਨ ਮੈਂ ਕੰਪਲੇਂਟ ਨੰਬਰ ਭੇਜ ਦੀਆਂ ਤੂੰ ਥਾਣੇਦਾਰ ਨੂੰ ਫੋਨ ਕਰ ਵੀ ਉਹਨਾਂ ਨੇ ਸਖਤੀ ਕਰੇ ਮੈਂ ਕਰ ਦਿੰਦਾ ਮੈਂ ਥਾਣੇਦਾਰ ਨੂੰ ਫੋਨ ਕੀਤਾ ਕਹਿੰਦਾ ਕੋਈ ਕੰਪਲੇਂਟ ਨਹੀਂ ਫਿਰ ਮੈਂ ਸਰਪੰਚ ਨੂੰ ਪੂਰੇ ਇੱਕ ਹਫ਼ਤਾ ਫੋਨ ਕਰਦਾ ਰਿਹਾ ਉਹ ਕਹਿੰਦਾ ਬਾਈ ਜੀ ਤੁਸੀਂ ਤਾਂ ਅੱਜ ਸਾਡੇ ਪਿੰਡ ਆਏ ਹੋ ਮੈਂ 10 ਸਾਲਾਂ ਤੋਂ ਸਰਪੰਚ ਹਾਂ ਇਸ ਪਿੰਡ ਦਾ ਪਹਿਲਾਂ ਸਾਡੇ ਪੁਰਖੇ ਸੀ ਅਸੀਂ 20 ਸਾਲਾਂ ਤੋਂ ਇਸੇ ਕਿੱਤੇ 'ਚ ਹਾਂ ਸਾਡੇ ਪਿੰਡ ਦੇ ਵਿੱਚ ਉਦੋਂ ਨਸ਼ਾ ਵਿਕਦਾ ਸਾਰੇ ਕਹਿੰਦੇ ਨੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਪਰ ਕੰਪਲੇਂਟ ਕਰਨ ਨੂੰ ਬੁਰੇ ਪਿੰਡ ਨੂੰ ਪੁੱਜਦਾ ਸੀ ਲੋਕ ਕਹਿੰਦੇ ਨੇ ਵੀ ਸਮਾਜ ਸੁਧਰੇ ਪਰ ਸੁਧਾਰੇ ਕੋਈ ਹੋਰ ਹਰੇਕ ਕਹਿੰਦਾ ਵੀ ਭਗਤ ਸਿੰਘ ਜੰਮੇ ਪਰ ਸਾਡੇ ਘਰੇ ਨਾ ਜੰਮੇ ਸਾਡਾ ਬੰਦਾ ਨਾ ਸੋ ਉਹੀ ਗੱਲ ਹੈ ਵੀ ਜੇ ਕੋਈ ਵੀ ਸੁਧਾਰ ਸ਼ੁਰੂ ਹੋਊਗਾ ਇਮਾਨਦਾਰੀ ਦੀ ਉਮੀਦ ਕਰਾਂਗੇ ਵੀ ਇਮਾਨਦਾਰ ਲੀਡਰ ਚਾਹੀਦੇ ਨੇ ਤਾਂ ਇਮਾਨਦਾਰ ਵੋਟਰ ਬਣਨਾ ਪੈਣਾ ਪਹਿਲਾਂ ਫਿਰ ਇਮਾਨਦਾਰ ਲੀਡਰ ਹੋਊਗਾ ਸੋ ਇਹ ਚੀਜ਼ਾਂ ਸਿੱਧੂ ਬਾਈ ਸਭ ਤੋਂ ਵੱਡੀ ਗੱਲ ਆ ਗਈ ਹੈ ਜੀ ਸ਼ਰਾਬ ਪੀਣ ਦੇ ਕਿਉਂ ਨਾ ਡਿਮਾਂਡ ਕਿੱਥੋਂ ਆਉਂਦੀ ਹੈ ਸ਼ਰਾਬ ਚਲੋ ਉਹਨਾਂ ਦੀ ਬੰਦ ਕਰਵਾ ਲਿਆ ਕੋਈ ਹੋਰ ਖੁਦ ਨਹੀਂ ਮੈਨੂੰ ਦੱਸੋ ਜੇ ਤਾਂ ਉਹ ਲੀਡਰ ਘਰੇ ਬੋਤਲ ਫੜਾ ਕੇ ਆਉਂਦਾ ਦੈਟਸ ਅ ਬੈਡ ਥਿੰਗ ਜੇ ਕਿਸੇ ਨੂੰ ਫੜਾ ਕੇ ਆਉਣਾ ਵੀ ਤੂੰ ਪੀ ਪੀ 20 ਰੁਪਏ ਸਸਤੀ ਕਰਦਾ 50 ਰੁਪਏ ਸਸਤੀ ਕਰਦਾ ਦੈਟਸ ਅ ਬੈਡ ਥਿੰਗ ਕਿਸੇ ਨੂੰ ਮਜਬੂਰ ਕਰਦਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਰੈਵਨਿਊ ਸ਼ਰਾਬ ਦੇ ਰਹੀ ਹੈ 10,000 crore ਸਾਲ ਦਾ ਸੋ ਅਸੀਂ ਕਿੱਥੇ ਜੇ ਖੜੇ ਹਾਂ ਅੱਜ ਮੈਨੂੰ ਇੱਕ ਮੈਡਮ ਨੇ ਪੁੱਛਿਆ ਚੱਜ ਦੇ ਵਿਚਾਰਾ ਮੈਡਮ ਨਾਲ ਇੰਟਰਵਿਊ ਸੀ ਮੇਰਾ ਉਹ ਕਹਿੰਦੀ ਸ਼ਰਾਬ ਪੀਂਦੇ ਉਦੋਂ ਸ਼ਰਾਬ ਤਾਂ ਨਹੀਂ ਪਿਓਗੇ ਪਲਾਨਾ ਤਾਂ ਨਹੀਂ ਕਰੋਗੇ ਲੀਡਰ ਸ਼ਰਾਬ ਪਿਆਉਂਦੇ ਨੇ ਮੈਂ ਕਿਹਾ ਜੀ ਕਿਸੇ ਲੀਡਰ ਕੋਲ ਇੰਨਾ ਇੰਨਾ ਪੈਸਾ ਨਹੀਂ ਤਾਂ ਕੋਈ ਇੰਨਾ ਕਮਲਾ ਵੀ ਲੋਕ ਆਈ ਲੜਾਈ ਚੱਲੇ ਜੇ ਡਿਮਾਂਡ ਹੈ ਤਾਂ ਸਪਲਾਈ ਹੈ ਜੇ ਡਿਮਾਂਡ ਨਹੀਂ ਹੋਊਗੀ ਤਾਂ ਕਦੇ ਸਪਲਾਈ ਨਹੀਂ ਜੀ ਸਰ ਕੋਈ ਕੁਸਚਨ ਬਾਈ ਤੁਸੀਂ ਗੱਲ ਕਰੀ ਹੈਗੀ ਵੀ ਹਸਪਤਾਲ ਪਹਿਲ ਦੇ ਆਧਾਰ ਤੇ ਹੋਣਗੇ ਲਗਾਤਾਰ ਨਾ ਲੰਬਾ ਸਮਾਂ ਪਹਿਲਾਂ ਇੱਕ ਸੰਘਰਸ਼ ਚੱਲਿਆ ਸੀਗਾ ਗਊਆਂ ਤੇ ਬੱਚੇ ਜਿਹੜੇ ਸੜਕਾਂ ਤੇ ਤੁਰੇ ਫਿਰਦੇ ਆ ਐਕਸੀਡੈਂਟ ਹੁੰਦੇ ਸੀ ਪਰ ਗੱਲਾਂ ਵੀ ਹੋ ਗਈਆਂ ਮੁੱਖ ਮੰਤਰੀ ਦਾ ਬੇਟਾ ਵੀ ਕਹਿ ਕੇ ਗਿਆ ਵੀ ਹੱਲ ਹੋ ਜੂ ਅੱਜ ਤੱਕ ਹੱਲ ਨਹੀਂ ਹੋਇਆ ਉਹਦੇ ਬਾਰੇ ਕੀ ਹੋਊਗਾ ਕੋਈ ਪਹਿਲ ਦੇ ਆਧਾਰ ਤੇ ਕਿਹੜੇ ਮੁੱਖ ਮੰਤਰੀ ਦਾ ਬੇਟਾ ਸੀ ਚਲ ਜਿਹੜੇ ਪਹਿਲਾਂ ਸੀਗੇ ਕੈਪਟਨ ਸਾਹਿਬ ਹੁਣ ਕੈਪਟਨ ਸਾਹਿਬ ਵਾਲੇ ਤਾਂ ਕੀ ਗੱਲ ਕਰੀ ਨਹੀਂ ਚਲੋ ਫੇਰ ਵੀ ਹੁਣ ਅੱਗੇ ਵੀ ਐਕਸੀਡੈਂਟ ਤਾਂ ਹੋਣੀ ਆ ਕੈਪਟਨ ਸਾਹਿਬ ਚਾਹੇ ਨਹੀਂ ਹੋਣਗੇ ਐਕਸੀਡੈਂਟ ਤਾਂ ਹੋਣਗੇ ਤੁਸੀਂ ਇਹ ਦੇਖੋ ਸਾਡੀ ਦਾਣਾ ਮੰਡੀ ਕੋਲ ਕਿੰਨੀਆਂ ਗਊਆਂ ਨੇ ਕਈ ਵਾਰੀ ਤਾਂ ਮੈਨੂੰ ਐਂ ਲੱਗਦਾ ਮੇਰਾ ਜਿਹੜਾ ਐਕਸੀਡੈਂਟ ਹੋ ਜੇ ਕਿਉਂਕਿ ਇੰਨਾ ਸਲੋ ਕਰਕੇ ਜਾ ਰਹੇ ਤੇ ਬੜਾ ਜ਼ਿਆਦਾ ਹਵਾ ਵਾਲਾ ਪਸ਼ੂ ਮਤਲਬ ਚੱਲ ਰਿਹਾ ਸੋ ਇੱਕ ਬਹੁਤ ਵੱਡੇ ਮੁੱਦਿਆਂ 'ਚ ਇਹ ਵੀ ਐਡ ਕਰਾਂਗੇ ਗਊਆਂ ਕਿਸੇ ਜੀਵੀਦਾਰ ਦੇ ਖੇਤ 'ਚ ਵੜ ਗਈਆਂ ਉਧਰੋਂ ਪੜਦਾ ਉਧਰੋਂ ਪੜਦਾ ਫਿਰ ਆਪਸ ਲੜਾਈ ਪੈਂਦੀ ਵੀ ਮੇਰੀ ਤਾਂ ਗੋਲੀ ਚੱਲ ਜਾਂਦੀ ਵੀ ਸਾਡੀ ਕਣਕ ਖਾ ਗਈ ਹੋਏ ਤਾਂ ਸਾਡੀ ਕਣਕ ਖਾ ਗਈ ਤੇ ਉਹ ਫਿਰ ਸੜਕਾਂ 'ਤੇ ਆ ਜਾਂਦੇ ਸੜਕਾਂ 'ਤੇ ਕਿਸੇ ਦੀ ਗੱਡੀ 'ਚ ਬਹਿ ਗਈਆਂ ਉਹਦੀ ਮੌਤ ਹੋ ਜਾਂਦੀ ਹੈ ਸੋ ਬਹੁਤ ਵੱਡਾ ਮਸਲਾ ਇਹ ਵੀ ਆਪਾਂ ਨੋਟ ਕਰਾਂਗੇ ਥੈਂਕ ਯੂ ਵੈਰੀ ਮੱਚ ਕੋਈ ਕੁਐਸਚਨ ਪੱਤਰਕਾਰ ਸਾਹਿਬ ਕੋਈ ਹੋਰ ਠੀਕ ਹੈ ਥੈਂਕ ਯੂ ਤੁਸੀਂ ਆਪਣੇ ਜ਼ਿਲ੍ਹੇ 'ਚ ਪਹਿਲੇ ਵੀਰਵਾਰ ਨੂੰ ਜਿਹਨੇ ਆਪਣਾ ਮੈਨੀਫੈਸਟੋ ਦਿੱਤਾ ਸ਼ੁਕਰੀਆ ਬਾਈ ਜੀ ਮੈਨੂੰ ਲੋਕ ਕਹਿੰਦੇ ਨੇ ਕਹਿੰਦੇ ਭਾਈ ਤੇਰਾ ਰੋਲ ਮਾਡਲ ਕੌਣ ਹੈ ਰਾਜਨੀਤੀ 'ਚ ਮੈਂ ਕਿਹਾ ਜੀ ਮਾਨਸਾ ਦੇ ਕਹਿੰਦੇ ਉਹ ਕਿਵੇਂ ਮੈਂ ਕਿਹਾ ਰੋਜ਼ ਪੁੱਛਣਾ ਪੁੱਛ ਨਵਾਂ ਸਿਖਾਉਂਦੇ ਨੇ ਪੁੱਤ ਹੱਥ ਮੰਨਣੇ ਹੈ ਪੁੱਤ ਨਿਮਰ ਰਹਿਣਾ ਨੀਵਾਂ ਹੋ ਜਾ ਹੋਰ ਗੋਡਿਆਂ 'ਚ ਪੈ ਜਾ ਜਾਂ ਵੀ ਉੱਚੀ ਗੱਲ ਨਹੀਂ ਕਰਨੀ ਬਹੁਤ ਮੈਂ ਇਹੀ ਕਹਿਣਾ ਤੁਸੀਂ ਮੈਂ ਕੱਲੇ ਨਹੀਂ ਸਿੱਖਿਆ ਤੁਸੀਂ ਸਾਰੇ ਵਧਾਈਏ ਪਾਤਰੋਂ ਤੁਸੀਂ ਉਹ ਮੈਨੂੰ ਮੈਨੀਫੈਸਟੋ ਦੇਣ ਲਈ ਮਜਬੂਰ ਕੀਤਾ ਕਿਉਂਕਿ ਤੁਸੀਂ ਜੇ ਮੈਨੂੰ ਕ੍ਰਿਟੀਸਾਈਜ਼ ਨਾ ਕਰਦੇ ਵੀ ਤੇਰਾ ਏਜੰਡਾ ਕੀ ਹੈ ਸ਼ਾਇਦ ਮੈਂ ਨਾ ਤਾਂ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਰ ਮੈਡੀਕਲ ਕਾਲਜ ਉਹੀ ਤਾਂ ਇਸ਼ੂ ਹੈ ਨਾ ਉਹੀ ਤਾਂ ਇਸ਼ੂ ਹੈ ਮੇਰੀ ਤਾਂ ਨਾ ਬਾਈ ਜੀ ਕਈ ਵਾਰੀ ਲੜਾਈ ਹੋ ਜਾਂਦੀ ਹੈ ਲੋਕਾਂ ਨਾਲ ਤੁਹਾਨੂੰ ਪਤਾ ਵੀ ਮੈਨੂੰ ਕਈ ਵਾਰੀ ਬੰਦੇ ਕਹਿਣਗੇ
ਤੁਸੀਂ ਪੰਜਾਬੀ ਸੱਭਿਆਚਾਰ ਬਚਾਓ ਬਈ। ਮੈਂ ਕਿਹਾ ਬਈ ਪੰਜਾਬੀ ਸੱਭਿਆਚਾਰ ਇਕੱਲੇ ਅਸੀਂ ਕਿਉਂ ਬਚਾਈਏ ਜੇ ਪਿੰਡਾਂ ਨੂੰ ਭਾਈ? ਤੁਸੀਂ ਆਪਦੇ ਬੱਚੇ ਵੀ ਕੋਨਵੈਂਟ 'ਚ ਪੜ੍ਹਾਉਣੇ, ਸਾਡੇ ਵਾਲੇ ਸਰਕਾਰੀ 'ਚ ਪੜ੍ਹਨਾ, ਅਤੇ ਪੰਜਾਬੀ ਸੱਭਿਆਚਾਰ ਦਾ ਠੇਕਾ ਸਿਰਫ ਪੰਜਾਬ 'ਚ ਰਹਿੰਦਿਆਂ ਨੂੰ ਹੈ? ਅਸੀਂ ਬਾਹਰ ਰਹਿੰਦੇ ਹਾਂ, ਆਪਾਂ ਜਦੋਂ ਆਪਾਂ ਬਾਹਰਲੀ ਕੰਟਰੀ ਜਾ ਕੇ ਆਪਾਂ ਪਿੰਡ ਵਾਲਿਆਂ ਨੂੰ ਕਹਿੰਦੇ ਵੀ ਯਾਰ ਤੁਸੀਂ ਸੱਭਿਆਚਾਰ ਬਚਾਓ। ਜੇ ਸੱਭਿਆਚਾਰ ਬਚਾਉਣਾ ਤਾਂ ਆਪਾਂ ਨੂੰ ਪਹਿਲਾਂ ਪਿੰਡ ਬਚਾਉਣੇ ਪੈਣਗੇ। ਜੇ ਪਿੰਡਾਂ ਦੇ ਵਿੱਚ ਲੋਕ ਜਿਉਂਦੇ ਨੇ ਤਾਂ ਸੱਭਿਆਚਾਰ ਜਿਉਂਦੇ। ਸੋ ਜਿਹੜਾ ਮੈਡੀਕਲ ਦੀ ਹੈ, ਮੈਂ ਤੁਹਾਨੂੰ ਇਹ ਕਹਿੰਦਾ ਮੈਡੀਕਲ ਲਿਆਉਣਾ ਬਹੁਤ ਔਖਾ, ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਬਹੁਤ ਔਖੀ ਹੈ। ਜਿੰਨਾ ਚਿਰ ਕੈਬਨਿਟ ਬੰਦਾ ਨਹੀਂ ਬਣਦਾ ਉਹਨਾਂ ਚਿਰ ਨਹੀਂ ਆਉਣੀ, ਪਰ ਉਹਨਾਂ ਚਿਰ ਇੱਕ ਹੱਲ ਹੋ ਸਕਦਾ ਵੀ ਨਹਿਰੂ ਕਾਲਜ ਦੇ ਜਿਵੇਂ ਹਸਪਤਾਲ ਦੇ ਸੈਕਸ਼ਨ ਵਧੇ ਨੇ, ਨਹਿਰੂ ਕਾਲਜ ਦੇ ਵਿੱਚ ਸੈਪਰੇਟ ਸਬਜੈਕਟ ਵਧਾ ਲਈਏ ਆਪਾਂ। ਜਿਵੇਂ ਜ਼ਿਆਦਾ ਨਹੀਂ ਕੋਈ ਕਰ ਸਕਦੇ ਪਲੱਸ ਟੂ ਨੋਨ ਮੈਡੀਕਲ ਐਂਡ ਮੈਡੀਕਲ ਦੇ ਸੈਕਸ਼ਨ ਬਣਾ ਦੇਣ, ਪਲੱਸ ਟੂ ਵੀ ਕਾਲਜ 'ਚ ਕਰਵਾਈ ਜਾਵੇ ਜਿਵੇਂ ਯੂਨੀਵਰਸਿਟੀ 'ਚ ਕਰਵਾਈ ਜਾਂਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਵੀ ਬੱਚੇ ਟ੍ਰੇਨ ਹੋ ਜਾਣ। ਜਿਵੇਂ ਕੋਈ ਨਹੀਂ ਹੁੰਦੀ ਵੀ ਜਿਵੇਂ ਜਿਹੜੀ ਇੱਕ ਪੰਜਾਬੀ ਯੂਨੀਵਰਸਿਟੀ ਦਾ ਇੱਕ ਸਬ ਡਿਵੀਜ਼ਨਲ ਕਾਲਜ ਹੈ ਯਾਦਵਿੰਦਰਾ, ਜਿਹੜੇ ਯਾਦਵਿੰਦਰਾ 'ਚੋਂ ਪਲੱਸ ਟੂ ਕਰ ਜਾਂਦੇ ਨੇ ਪੰਜਾਬੀ ਯੂਨੀਵਰਸਿਟੀ ਉਹਨਾਂ 'ਚ ਵੀ ਸਟੂਡੈਂਟ ਚੱਕ ਲੈਂਦੀ ਹੈ। ਮੰਨ ਲਓ ਅਸੀਂ ਕਿਸੇ ਯੂਨੀਵਰਸਿਟੀ ਅੰਡਰੀ ਜਾ ਵੜੀਏ, ਨਹਿਰੂ ਜਾ ਵੜੇ ਐਗਰੀਕਲਚਰ ਯੂਨੀਵਰਸਿਟੀ ਅੰਡਰ, ਇੱਥੇ ਬੀ ਐੱਸ ਸੀ ਲਈ ਪਹਿਲੀ ਪ੍ਰਪੇਅਰ ਹੋ ਜਾਣ ਬੱਚੇ, ਉਦੋਂ ਸਿੱਧੀ ਐਡਮਿਸ਼ਨ ਉੱਧਰ ਹੋ ਜਾਣ। ਸੋ ਥੋੜ੍ਹੀ ਬਹੁਤ ਤਾਂ ਲਿਆਉਣੀ ਹੋ, ਅਸੀਂ ਕੱਲ੍ਹ ਉਲਝੇ ਫਿਰਦੇ ਹਾਂ ਸ਼ਟਰਾਂ 'ਚ, ਗਲੀਆਂ 'ਚ, ਦਾਣੀਆਂ 'ਚ, ਸ਼ੈੱਡਾਂ 'ਚ। ਮੇਰੀਆਂ ਗੱਲਾਂ ਦਾ ਕਈ ਵਾਰੀ ਕੋਈ ਬੁਰਾ ਵੀ ਮੰਨ ਜਾਂਦਾ। ਮੈਂ ਇੱਕ ਪਿੰਡ ਮੈਂ ਕਹਿਤਾ ਸੀਗਾ ਮੈਥੋਂ ਗਲਤੀ, ਮੈਨੂੰ ਕਹਿੰਦਾ ਵੀ ਸਿੱਧੂ ਸਾਹਿਬ ਅੱਜ ਤਾਂ ਤੁਸੀਂ ਭਾਸ਼ਣ ਕਰੀ ਜਾਂਦੇ ਹੋ, ਆਹ ਜਿਹੜੀ ਧਰਮਸ਼ਾਲਾ ਥਾਈ ਦੇਖੋ ਕਿੰਨੀ ਨੀਵੀਂ ਹੋਈ ਪਈ ਹੈ। ਮੈਂ ਦੇਖਿਆ ਛੱਤ ਨੂੰ, ਮੈਂ ਕਿਹਾ ਹਾਂ ਬਈ ਨੀਵੀਂ ਹੋ ਗਈ। ਮੈਂ ਵੀ ਵੱਡੇ ਭਾਈ ਇੱਕ ਗੱਲ ਦੱਸ, ਕਹਿੰਦਾ ਕੀ? ਮੈਂ ਕਿਹਾ ਅਗਲੀ ਪਿੰਡ ਤੇਰਾ। ਕਹਿੰਦਾ ਹਾਂ। ਮੈਂ ਕਿਹਾ ਵੀ ਤੂੰ ਧਰਮਸ਼ਾਲਾ ਚ ਆਉਣਾ ਕਿੰਨੇ ਵਾਰੀ ਸਾਲ 'ਚ? ਕਹਿੰਦਾ ਦੋ ਵਾਰੀ। ਕਹਿੰਦਾ ਇੱਕ ਖੰਡ ਪੰਡ ਸਿਆਲਾਂ 'ਚ ਹੁੰਦਾ, ਇੱਕ ਗਰਮੀਆਂ 'ਚ ਹੁੰਦਾ। ਮੈਂ ਖੁਦ ਦੂਆ ਧਰਮਸ਼ਾਲਾ ਦਾ ਕੋਈ ਕੰਮ? ਕਹਿੰਦਾ ਨਾ। ਮੈਂ ਕਿਹਾ ਫਿਰ ਯਾਰ ਤੂੰ ਕਦੇ ਇਹ ਸੋਚਿਆ ਵੀ ਜੇ ਅਕਲੀਏ ਤੋਂ ਲੈ ਕੇ ਮਾਨਸਾ ਤਾਈਂ ਕੋਈ ਹੋਸਪਿਟਲ ਹੈਗਾ, ਅਕਲੀਏ ਤੋਂ ਲੈ ਕੇ ਬਰਨਾਲੇ ਤੱਕ ਕੋਈ ਹੋਸਪਿਟਲ ਹੈ, ਕੋਈ ਕਾਲਜ ਹੈ? ਕੋਈ ਸੋਚਦਾ ਹੀ ਨਹੀਂ ਬਾਈ। ਪਿਛਲੇ ਇਸ ਗੱਲ ਕਰਕੇ ਨਹੀਂ ਕਹਿੰਦੇ ਵੀ ਅਸੀਂ ਪਿਛਲੇ ਹਾਂ, ਪਿਛਲੇ 7 ਸਾਲਾਂ ਦਾ ਸਰਵੇ ਦੱਸਦਾ ਕਿ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਨੌਕਰੀ ਪੇਸ਼ਾ ਵੀ ਮਾਨਸਾ ਜ਼ਿਲ੍ਹੇ 'ਚੋਂ ਗਏ। ਸਾਡੇ ਮੂਸੇ ਦਾ ਬੰਦਾ ਮਲੇਸ਼ੀਆ ਦੀ ਪੁਲਿਸ ਦਾ ਸਭ ਤੋਂ ਸਰਵਉੱਚ ਅਹੁਦੇ 'ਤੇ ਹੈ। ਤਾਂ ਅਸੀਂ ਪਿਛਲੇ ਕਿਹੜੀ ਗੱਲ ਤੋਂ ਹੋ ਗਏ? ਪਿਛਲੇ ਇਸ ਗੱਲਾਂ ਕਰਕੇ ਹਾਂ ਕਿਉਂਕਿ ਸਾਨੂੰ ਮੰਗਣਾ ਕੁਛ ਹੋਰ ਚਾਹੀਦਾ, ਮੰਗੀ ਕੁਛ ਹੋਰ ਜਾਂਦੇ ਹਾਂ, ਜਿਤਾਉਣਾ ਕੁਛ ਹੋਰ ਚਾਹੀਦਾ, ਜਿਤਾਈ ਕਿਸੇ ਨੂੰ ਹੋਰ ਜਾਂਦੇ ਹਾਂ, ਫਿਰ ਅਸੀਂ ਵਿਕਾਸ 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 ਐ ਨਹੀਂ ਵਿਕਾਸ। ਫਿਰ ਕਹਿੰਦੇ ਅਸੀਂ, ਅੱਜ ਮੈਂ ਇੱਕ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਭਾਈ ਤੂੰ ਕਿਹੜੀ ਪਾਰਟੀ ਨੂੰ ਪਾਈਆਂ ਸੀ? ਕਹਿੰਦਾ ਫਲਾਨੀ ਪਾਰਟੀ ਨੂੰ ਪਾਈਆਂ ਸੀ। ਮੈਂ ਕਿਹਾ ਐਤਕੀ ਕਿਹਨੂੰ ਪਾਏਗਾ? ਕਹਿੰਦਾ ਲੱਗਦਾ ਬਈ ਸੋਚ ਲੈ ਵੀ ਐਤਕੀ ਵੀ ਇਹਨੂੰ ਪਾਏਗਾ। ਮੈਂ ਕਿਹਾ ਕਿਵੇਂ, ਕਾਹਦੇ ਵਾਸਤੇ ਪਾ ਰਿਹਾ? ਕਹਿੰਦਾ ਬਦਲਾ। ਮੈਂ ਕਿਹਾ ਬਦਲਾ ਕਿਵੇਂ ਆਊਗਾ? ਕੋਈ ਜਵਾਬ ਨਹੀਂ। ਵਿਜ਼ਨ ਸਾਡੇ ਕੋਲ ਹੀ ਨਹੀਂ, ਲੀਡਰਾਂ ਕੋਲ ਵਿਜ਼ਨ ਹੋਊਗਾ ਤਾਂ ਲੋਕਾਂ ਕੋਲ ਹੋਊ। ਹੁਣ ਮੈਨੂੰ ਕਹਿੰਦਾ ਵੀ ਬਾਈ ਤੁਹਾਡੇ ਕੋਲ ਬੰਦਿਆਂ ਨੇ ਕਿਵੇਂ ਕਰ ਦੇਣਾ, ਫਲਾਨਾ ਕਿਵੇਂ, ਬੰਦਿਆਂ ਨੇ ਬਦਲਾ ਕਿਵੇਂ ਕਰ ਦੇਣਾ, ਪਾਰਟੀਆਂ ਬਦਲਾ ਕਰਨੀ? ਮੈਂ ਨਹੀਂ, ਪਾਰਟੀ ਕਾਂਗਰਸ ਦੇ ਵਿੱਚ ਇੱਕ ਰਾਜਾ ਉਹ ਵੀ ਸੀ ਜਿਹਨੇ 4.5 ਸਾਲ ਵਿਚਾਰ ਤੋਂ ਹੋਇਆ ਨਹੀਂ ਕੁਛ, ਮੈਂ ਉਹਨੂੰ ਮਾੜਾ ਨਹੀਂ ਕਹਿੰਦਾ, ਅਤੇ ਇੱਕ ਰਾਜਾ ਉਹ ਵੀ ਹੈ ਜਿਹਨੇ 2 ਮਹੀਨਿਆਂ 'ਚ ਕਰਤਾ। ਪਾਰਟੀ ਦਾ ਸੇਮ ਹੈ ਕਿ ਪਾਰਟੀ ਮੈਟਰ ਕਰੀ ਉੱਥੇ, ਬੰਦੇ ਮੈਟਰ ਕਰਦੇ ਨੇ। ਉਹੀ ਜਿਹੜੀ ਗੱਲ ਬਾਈ ਜੀ ਨੇ ਕੁਸਚਨ ਪੁੱਛਿਆ ਸੀ ਵੀ ਇਹ ਪਤਾ ਕਰੋ ਵੀ ਭਾਈ ਜੇ ਕਿਹਦੀ ਸਰਕਾਰ ਨਾ ਆਵੇ, ਸਰਕਾਰ ਆਈ ਤਾਂ ਸਾਰਿਆਂ ਦੀ ਹੋ ਜਾਂਦੇ ਨੇ ਕੰਮ, ਕਿਹਦੀ ਸਰਕਾਰ ਨਾ ਆਵੇ ਉਹਦੀ ਕ੍ਰੈਡੀਬਿਲਿਟੀ ਕੀ ਹੈ ਕਿ ਬਿਨਾਂ ਸਰਕਾਰ ਤੋਂ ਕੋਈ ਕੰਮ ਲੈ ਲੂਗਾ ਕਿਸੇ ਤੋਂ? ਇਹ ਸੋਚਣਾ ਜ਼ਰੂਰੀ। ਇਹੀ ਮੈਂ ਸਾਰਿਆਂ ਦੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਪਿੰਡਾਂ ਦੇ ਵਿੱਚ ਇਹ ਅਪੀਲ ਕਰਦਾ ਵੀ ਭਾਈ ਮੈਨੂੰ ਇਕੱਲੇ ਸਿੱਧੂ ਮੂਸੇਵਾਲੇ ਦੇ ਨਾਮ 'ਤੇ ਵੋਟ ਨਹੀਂ ਚਾਹੀਦੀ। ਮੈਂ ਨਹੀਂ ਚਾਹੁੰਦਾ ਵੀ ਇਕੱਲੇ ਕਲਾਕਾਰ ਦੇਖ ਕੇ ਜਿਵੇਂ ਸਨੀ ਦਿਓਲ ਜਿਤਾਇਆ ਸੀ ਮੈਨੂੰ ਉਵੇਂ ਜਿਤਾ ਦਿਓ, ਇਹੋ ਜਿਹੀ ਜਿੱਤ ਮੈਨੂੰ ਨਹੀਂ ਚਾਹੀਦੀ। ਮੈਨੂੰ ਜੇ ਜਿੱਤ ਚਾਹੀਦੀ ਹੈ ਮੇਰੇ ਪਿਛਲੇ 3 ਸਾਲਾਂ ਦੇ ਜਿਹੜਾ ਮੈਂ ਰੈਜ਼ਿਊਮੇ ਰਿਪੋਰਟ ਕਾਰਡ ਬਣਾਇਆ ਉਹਦੀ ਚਾਹੀਦੀ ਹੈ। 3 ਸਾਲਾਂ ਦੇ ਵਿੱਚ ਮੇਰੇ ਪਿੰਡ 'ਚ ਕਿੰਨੀਆਂ ਮੈਡੀਕਲ ਸਹੂਲਤਾਂ ਗਈਆਂ ਨੇ, ਮੈਂ ਕਰੋਨਾ ਕਾਲ ਦੇ ਵਿੱਚ ਮੈਂ ਕਿੰਨਾ ਕੰਮ ਕਰਿਆ, ਮੇਰੀ ਸਮਾਜ ਨੂੰ ਕੀ ਦੇਣਾ, ਉਹਦੇ ਬੇਸਿਸ 'ਤੇ ਮੈਨੂੰ ਵੋਟਾਂ ਪਾਓ। ਅਤੇ ਮੈਂ ਨਹੀਂ ਕਹਿੰਦਾ ਵੀ ਇਕੱਲਾ ਮੇਰਾ ਚੈੱਕ ਕਰੋ ਦੂਜੇ ਕੈਂਡੀਡੇਟਸ ਦਾ ਵੀ, ਪਿਛਲੀਆਂ 3 ਪੀੜ੍ਹੀਆਂ ਦਾ ਵਰਕਆਊਟ, ਉਹਨਾਂ ਦੀਆਂ ਕੀ ਖਾਮੀਆਂ ਰਹੀਆਂ, ਉਹਨਾਂ ਦੇ ਕੰਮ ਕਿਸੇ ਦੇ ਚੰਗੇ ਰਹੇ ਜਾਂ ਮਾੜੇ ਰਹੇ, ਕੈਲਕੂਲੇਟ ਕਰੋ ਜੀ। ਅੱਜ ਮੈਂ ਸਿੱਧੂ ਮੂਸੇਵਾਲਾ ਮੈਂ ਆਪਦੇ ਖੇਤਰ ਦਾ, ਹਾਂ ਉਹ ਮੇਰਾ ਇੱਕ ਜਲਵਾ, ਇੱਕ ਉਹ ਕਹਿੰਦੇ ਹੁੰਦੇ ਆਪਾਂ ਵੀ ਸਟਾਈਲ ਲਾ ਲਓ, ਮਿਊਜ਼ਿਕ ਫੀਲਡ ਦਾ ਲਾ ਲਓ, ਪਰ ਮੈਂ ਨਾਲ ਨਾਲ ਮਾਤਾ ਜੀ ਦਾ ਸਹਿਯੋਗੀ ਵੀ ਹਾਂ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ, ਸੋ ਇੰਨੀਆਂ ਗੱਲਾਂ ਸੀ ਜੀ।
कोई होर क्वेश्चन होए बड़े भाई मेरे नाल कोई होर सवाल होए पुछ लो कोई विरोध कूदड़ा ही पुछना पते भाई पते चलो भरा हम सारे तुसी हुण छोटा पिंडा च विरोध ही नहीं हो रहे जी पता क्यों नहीं हो रहा विरोध मेरी तरक्की की निशानी है मेरा म्यूजिक करियर मेरा इन्ना विरोध होया कि मेरा उन्हें नुकसान कोई नहीं किया मेरा फायदा ही करे मेरा पोलिटिकल फील्ड जितने मेरा विरोध होने लग गया मैं पता लगन लग गया सिद्धू सही रास्ते पर सो यह जिंदगी का हिस्सा होंगे कई निशानियां होंगे थोड़ी जिंदगी की कोई गुड लक चार्म कुछ और वो मेरी दी कुछ और है मेरी दी है चीज़ा ने पर वही गल है ना जे जा राह पै जानी है या वाह पै जानी लोगों का किसी नाल कोई विरोध नहीं अज मैं मेरे किसी विरोधी के पिंड जा करता मेरे नाल 100 बंदा फोटो खिंचन खड़ा हो क्यों प्यार कर दिया विरोध तो सिर्फ उन्होंने जेडे आगू ने तो आगू का विरोध करना जायज है क्योंकि हरेक बंदा हकदार है यार हरेक चीज़ लई दावेदारी देना उन्होंने हक है ਮਿਲਣੀ ਨਾ ਮਿਲਣੀ ਹਾਈ ਕਮਾਂਡ ਦਾ ਜਾਂ ਕਿਸਮਤ ਦਾ ਸਿੱਧੂ ਸਾਹਿਬ ਇੱਕ ਕੁਐਸਚਨ ਹੈ ਕਈ ਬੰਦੇ ਤੁਹਾਡੇ ਕੋਲ ਫੋਟੋ ਖਿਚਾਉਣ ਜਾਂਦੇ ਸੀ ਕਹਿੰਦੇ ਉਹ ਸਿੱਧੂ ਸਾਹਿਬ ਮਤਲਬ ਕਿ ਹੇਟ ਰਿਪੋਰਟਰ ਸੀਗਾ ਜੀ ਹਾਂ ਸਿੱਧੂ ਸਾਹਿਬ ਨੇ ਕਰੀ ਇਮੇਜ ਨੂੰ ਰੈਕ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਮਿੰਟ ਲਈ ਹਾਂਜੀ ਦੂਜੀ ਮੇਰੀ ਸੈਕਿੰਡ ਸਵਾਲ ਇਹ ਹੈ ਤੁਸੀਂ ਕੀ ਜੇ ਤੁਸੀਂ ਜਿੱਤਦੇ ਹੋ ਜਾਂ ਹਾਰਦੇ ਹੋ ਇਸੇ ਤਰ੍ਹਾਂ ਹੀ ਲੋਕਾਂ ਦਾ ਵਿਚਾਰ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਨਹੀਂ ਨਹੀਂ ਸਟਾਰਡਮ ਦੇ ਪੋਲੀਟਿਸ਼ਨ ਦੇ ਵਿੱਚ ਫਰਕ ਤਾਂ ਹੁੰਦਾ ਹੈ ਇੱਕ ਤੁਹਾਨੂੰ ਮੈਂ ਗੱਲ ਸਮਝਾਉਣਾ ਉਹ ਕਹਾਵਤ ਬੜੀ ਬੁੜੀਆਂ ਪਾਉਣੀਆਂ ਹੁੰਦੀਆਂ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ 10,000 ਕਲਾਕਾਰ ਹੋਣਾ ਜੀ ਪੰਜਾਬ 'ਚ ਇੱਕ ਕਲਾਕਾਰ ਦੱਸੋ ਜਿਹੜਾ ਉਹਦੇ ਪਿੰਡ ਰਹਿੰਦਾ ਅੱਜ ਇੱਕ ਕਲਾਕਾਰ ਦੱਸ ਦਿਓ ਜਿਹੜਾ ਬਿਨਾਂ ਬੌਂਸਰ ਤੋਂ ਤੁਰਦਾ ਗਲੀਆਂ 'ਚ ਇੱਕ ਕਲਾਕਾਰ ਦੱਸ ਦਿਓ ਜਿਹੜਾ ਲੋਕਾਂ ਨੂੰ ਮਿਲਦਾ ਦੱਸੋ ਜੀ ਮੇਰੇ ਪਿੰਡ ਮੇਰੇ ਘਰ ਦੇ ਵਿੱਚ ਲੋਕ 2:45 ਤੱਕ ਫੋਟੋਆਂ ਕਰਾਉਂਦੇ ਰਹੇ ਆ 2:30 ਸਵੇਰੇ ਆ ਜਾਂਦੇ ਸੀ ਤੇ ਦਿਨ ਦੇ ਵਿੱਚ ਮੈਂ 1100 ਬੰਦੇ ਨਾਲ ਫੋਟੋ ਕਰਵਾਈ ਹੈ ਕੀ ਇਹ ਬਹੁਤ ਨਹੀਂ ਇਸ ਗੱਲ ਦਾ ਲੰਮਾ ਬਲਕਾਰ ਸਿੱਧੂ ਨੰਪਰਾ ਚ ਲੈਣਾ ਪੈ ਰਿਹਾ ਹੈ ਹਾਂਜੀ ਹਾਂਜੀ ਮੈਂ ਉਹੀ ਗੱਲ ਕਹਿਣਾ ਜੀ ਵੀ ਉਹੀ ਗੱਲ ਹੈ ਨਾ ਵੀ ਅਸੀਂ ਇਹ ਕਹਿੰਦੇ ਵੀ ਯਾਰ ਵੀ ਬਸ ਬਹਿ ਜਾ ਮੇਰੀ ਜ਼ਿੰਦਗੀ ਦੇ ਵਿੱਚ ਰੁਝੇਵੇਂ ਨੇ ਭਾਈ ਸਾਹਿਬ ਮੈਂ ਆਪਣਾ ਕੰਮ ਵੀ ਕਰਨਾ ਅੱਗੇ ਵੀ ਵਧਣਾ ਦਰਵਾਜ਼ੇ ਬੰਦ ਕਰਨ ਦਾ ਮਤਲਬ ਇਹ ਨਹੀਂ ਮੈਂ ਲੋਕਾਂ ਨੂੰ ਨਫ਼ਰਤ ਕਰਦਾ ਜੇ ਮੈਂ ਲੋਕਾਂ ਨੂੰ ਨਫ਼ਰਤ ਕਰਦਾ ਹੁੰਦਾ ਤਾਂ ਮੈਂ ਲੋਕਾਂ 'ਚ ਰਹਿਣ ਦੀ ਹਿੰਮਤ ਨਾ ਰੱਖਦਾ ਮੈਂ ਇੱਕ ਪ੍ਰਾਈਵੇਟ ਜਿਹਾ ਗੋਆ ਇੱਕ ਵਿਲਾ ਲੈਂਦਾ ਜਾਂ ਚੰਡੀਗੜ੍ਹ ਲੈਂਦਾ ਜਾਂ ਕੈਨੇਡਾ ਕਿਤੇ ਵਧੀਆ ਜਿਹਾ ਸਾਈਲੈਂਟ ਜਿਹਾ ਰਿਟਾਇਰਮੈਂਟ ਵਾਲਾ ਸ਼ਹਿਰ 'ਚ ਬੈਠਦਾ ਵੀ ਬਸ ਲੋਕਾਂ ਕੋਲ ਮੇਰਾ ਮਿਊਜ਼ਿਕ ਆਵੇ ਮੇਰਾ ਸਟਾਰਡਮ ਰਵੇ ਵੀ ਮੈਂ ਸਿੱਧੂ ਮੂਸੇਵਾਲਾ ਲੋਕ ਮੈਨੂੰ ਮਿਲਣ ਦੀ ਤਰਸਣ ਉਸ ਤੋਂ ਉਲਟ ਮੈਂ ਲੋਕਾਂ ਦੇ ਵਿੱਚ ਰਿਹਾ ਮੇਰਾ ਟਰੈਕਟਰ ਲੋਕਾਂ ਦੀਆਂ ਸੜਕਾਂ 'ਤੇ ਘੁੰਮ ਰਿਹਾ ਮੈਂ ਚਟਰਾਲੀ ਪਾ ਕੇ ਕਿਤੇ ਸ਼ਹਿਰ 'ਚ ਫਿਰਦਾ ਹੁੰਦਾ ਦੱਸੋ ਕਿਹੜਾ ਸੈਕਟਰ ਫਿਰਦਾ ਦੱਸੋ ਦਲਜੀਤ ਦਸਾਂਝ ਕਿਹੜੇ ਕਿੰਨੇ ਕਲਾਕਾਰ ਨੇ ਮੈਂ ਸਾਰਿਆਂ ਨਾਂ ਲੈ ਦਿੰਦਾ ਚਲੋ ਮੇਰੇ ਭਰਾ ਨੇ ਮੇਰੇ ਬੜੇ ਭਰਾ ਨੇ ਚਲੋ ਮੈਂ ਕਿਸੇ ਬਾਰੇ ਮਾੜਾ ਨਹੀਂ ਕਹਿੰਦਾ ਦੱਸੋ ਇੱਕ ਵੀ ਸਿੰਗਰ ਦਾ ਨਾਂ ਲੈ ਦਿਓ ਕਿਹੜਾ ਤੁਹਾਡੇ ਪਿੰਡ ਰਹਿੰਦਾ ਤੁਹਾਡੇ ਸ਼ਹਿਰ ਦੇ ਕਿੰਨੇ ਸਿੰਗਰ ਨੇ ਦੱਸੋ ਇੱਕ ਦੱਸ ਦਿਓ ਕਿਹੜਾ ਤੁਹਾਡੇ ਪਿੰਡ ਰਹਿੰਦਾ ਕਿਹੜਾ ਇੱਕ ਵਾਰੀ ਆਇਆ ਵੀ ਹੋਵੇ ਅਸੀਂ ਉਸੇ ਨੂੰ ਨਿੰਦਣ ਬੈਠਦੇ ਨੇ ਜਿਹੜਾ ਸਾਡੇ ਵਿੱਚ ਰਹਿੰਦਾ ਅਸੀਂ ਉਸੇ ਨੂੰ ਕ੍ਰਿਟੀਸਾਈਜ਼ ਕਰਦੇ ਮੈਨੂੰ ਕਦੇ ਇਹ ਲੱਗਦਾ ਵੀ ਸ਼ਾਇਦ ਜਿਵੇਂ ਵੀ ਬੰਸਰ ਦਰਵਾਜ਼ੇ 'ਚ ਖੜਾਇਆ ਹੁੰਦਾ ਤਾਂ ਮੇਰੀ ਸਿੱਧੂ ਮੂਸੇਵਾਲਾ ਜਾਲੇ ਜਾਲੇ ਕਹਿੰਦੇ ਬਹੁਤ ਚੰਗਾ ਬਹੁਤ ਚੰਗਾ ਮੈਂ ਅੱਜ ਮੈਨੂੰ ਮਾੜਾ ਹੀ ਤਾਂ ਕਹਿ ਰਿਹਾ ਕਿਉਂਕਿ ਮੈਂ ਤੁਹਾਡੇ ਵਿੱਚ ਰਹਿ ਰਿਹਾ ਸੋ ਕਿਤੇ ਨਾ ਕਿਤੇ ਇਹ ਗੱਲਾਂ ਵੀ ਸੋ ਚੈੱਕ ਕਰਿਆ ਕਰੋ ਬਾਈ ਇੱਕ ਨਾ ਬਾਬੇ ਨਾਨਕ ਜੀ ਦੀ ਤੱਕੜੀ ਸੀ 13 ਤੋਲਦੀ ਸੀ ਤੋਲਿਆ ਦੱਸੋ ਕਿਹੜਾ ਪਿੰਡ ਦਾ ਸਰਪੰਚ ਬਣਿਆ ਬਾਈ ਕਲਾਕਾਰ ਹੋ ਕੇ ਕਿਹੜਾ ਵੀਡੀਓ ਦੇ ਦਫ਼ਤਰ ਜਾ ਕੇ ਕਹਿੰਦਾ ਵੀ ਗ੍ਰਾਂਟ ਪਾ ਅਗਲਾ ਕਹਿੰਦਾ ਭਾਈ ਮੇਰੀ ਸ਼ਾਨ 'ਚ ਘੱਟ ਹੈ ਜਿਹਦੇ 2 ਗਾਣੇ ਵੀ ਚੱਲੇ ਅਗਲਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਸਾਰੇ ਕੁਝ ਨਹੀਂ ਹੁੰਦੇ ਚਲੋ ਮੇਰੇ ਭਰਾ ਨੇ ਮੈਂ ਮੇਰੇ ਫੀਲਡ ਵਾਲਿਆਂ ਨੂੰ ਮਾੜਾ ਨਾ ਕਹੋ ਮੈਥੋਂ ਜਿਹੜਿਆਂ ਨੂੰ ਵਧੀਆ ਬੰਦੇ ਨੇ ਸਾਰੇ ਜਿੰਨੇ ਕੁ ਮੇਰੇ ਨਾਲ ਚੱਲਦੇ ਨੇ ਸਾਰੇ ਹੀ ਵਧੀਆ ਨੇ ਪਰ ਗੱਲ ਇਹ ਹੈ ਕਿ ਅਸੀਂ ਨਿੰਦਦੇ ਵੀ ਉਹਨੂੰ ਆ ਜਿਹੜਾ ਸਾਡਾ ਆਪਦਾ ਕਦੇ ਤੁਸੀਂ ਕਿਸੇ ਬਾਹਰਲੇ ਸਿੰਗਰ ਤੋਂ ਇਹ ਕਦੇ ਪੁੱਛਿਆ ਵੀ ਨਹੀਂ ਹੋਣਾ ਉਦੋਂ ਕੁਸ਼ਚਨ ਇਹ ਆਉਣਾ ਹੋਣਾ ਬਾਈ ਜੀ ਕਿਵੇਂ ਲੱਗ ਰਿਹਾ ਸਾਡੇ ਸ਼ਹਿਰ 'ਚ ਆ ਕੇ ਸਿੱਧੂ ਮੂਸੇਵਾਲ ਨੂੰ ਪੁੱਛਿਆ ਵੀ ਕਦੇ ਦਰਵਾਜ਼ੇ ਵੀ ਨਹੀਂ ਖੋਲ੍ਹੇ ਅਤੇ ਤੁਹਾਨੂੰ ਮੈਂ ਦੱਸਾਂ ਦਰਵਾਜ਼ੇ ਖੋਲ੍ਹਣ ਦਾ ਵੀ ਕੀ ਕਾਰਨ ਹੈ ਤੁਹਾਨੂੰ ਨਹੀਂ ਪਤਾ ਦੀਵੇ ਥੱਲੇ ਕਿੱਦਾਂ ਦੇ ਹੈ ਅਸੀਂ ਪਰਦੇ ਦਾ ਸਟਾਰਡਮ ਸਾਰੇ ਦੇਖ ਰਹੇ ਵੀ ਹਾਂ ਯਾਰ ਉਹ ਸਿੰਗਰ ਹੈ ਬਈ ਐਂ ਤੁਰਿਆ ਫਿਰਦਾ ਫਲਾਨਾ ਤੁਰਿਆ ਫਿਰਦਾ ਪਰ ਅਸੀਂ ਇਹ ਨਹੀਂ ਦੇਖਦਾ ਵੀ ਉਹਦੀ ਜਾਨ ਦੇ ਦੁਸ਼ਮਣ ਕਿੰਨੇ ਹੋਣਗੇ ਜਾਂ ਪੁਲਿਸ ਨੂੰ ਪਤਾ ਹੋ ਸਕਦਾ ਜਾਂ ਮੈਨੂੰ ਪਤਾ ਹੋ ਸਕਦਾ ਹੋਰ ਬੰਦੇ ਨੂੰ ਜਿਹੜਾ ਜਿਹੜੇ ਮੇਰੇ ਨਾਲ ਵਰਤਦੇ ਨੇ ਉਹਨਾਂ ਨੂੰ ਪਤਾ ਵੀ ਕਿਹੜੀਆਂ ਕੀ ਮਜਬੂਰੀਆਂ ਨੇ ਦਰਵਾਜ਼ਾ ਕੋਈ ਸ਼ੌਂਕ ਨੂੰ ਨਹੀਂ ਬੰਦ ਕਰਦਾ ਬਾਈ ਜੀ ਜੇ ਤੁਹਾਡੀਆਂ ਪੱਗਾਂ ਦੇ ਵਿੱਚ ਬੰਬ ਦੇ ਡੈਟੋਨੇਟਰ ਆਉਣ ਤੁਸੀਂ ਘਰ ਹੀ ਬਦਲ ਦਿਓ ਮੈਂ ਤਾਂ ਫਿਰ ਵੀ ਉਸੇ ਘਰ 'ਚ ਰਹਿ ਰਿਹਾ ਉਸੇ ਪਿੰਡ 'ਚ ਰਹਿ ਰਿਹਾ ਉਸੇ ਇਲਾਕੇ 'ਚ ਰਹਿ ਰਿਹਾ
ਮੈਨੂੰ ਕਈ ਬੰਦੇ ਕਹਿ ਰਹੇ ਨੇ ਕੱਲ ਪਰਸੋਂ ਕਿਸੇ ਨੇ ਫੋਟੋ ਪਾਈ ਪਿਸਤੌਲ ਦੇ ਜੋੜ ਤੇ ਵੋਟਾਂ ਮੰਗ ਰਿਹਾ ਮੇਰਾ ਵੈਪਨ ਹੈ ਯਾਰ ਮੈਂ ਪਰਮਿਸ਼ਨ ਲਈ ਹੈ ਆਥੋਰਾਈਜ਼ਡ ਵੈਪਨ ਹੈ ਮੇਰੇ ਨਾਮ ਤੇ ਹੈ ਮੈਂ ਮੇਰੇ ਡੱਬ ਦੇ ਵਿੱਚ ਲੱਗੇ ਹੋਇਆ ਜੇ ਮੈਂ ਵੈਪਨ ਕੱਢ ਕੇ ਕਹਿਣਾ ਹਾਂ ਬਈ ਮਾਨਸਾ ਵੋਟ ਪਾਏਗਾ ਕਿ ਨਹੀਂ ਵੀ ਗੋਲੀ ਮਾਰੂ ਉਹ ਹੁੰਦੀ ਹੈ ਪਿਸਤੌਲ ਦੇ ਜੋੜ ਤੇ ਵੋਟ ਲੈਣੀ ਯਾਰ ਜੇ ਮੇਰੇ ਡੱਬ 'ਚ ਹੈ ਮੇਰੀ ਸੇਫਟੀ ਵਾਸਤੇ ਹੈ ਮੇਰੇ ਪਰਸਨਲ ਇਸ਼ੂਜ ਨੇ ਇਹਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਤੇ ਵੈਪਨ ਰੱਖਣਾ ਕੋਈ ਗਲਤ ਬੰਦੇ ਦੀ ਨਿਸ਼ਾਨੀ ਹੈ ਅਸੀਂ ਆਪ ਹੀ ਕਈ ਮਾਪਦੰਡ ਇਹੋ ਜਿਹੇ ਸੈੱਟ ਕਰ ਲੈਂਦੇ ਹਾਂ ਤੇ ਉਹਦੇ 'ਤੇ ਕਰੀ ਜਾਂਦੇ ਹਾਂ ਪ੍ਰਚਾਰ ਕਰੀਏ ਮੇਰੀ ਭੀਤੀ ਮੈਂ ਮੈਨੂੰ ਲੱਗਦਾ ਮੇਰੀ ਤਾਂ ਜੈਕਟ ਚੱਕੀ ਗਈ ਅਤੇ ਮੇਰਾ ਵੈਪਨ ਬਾਹਰ ਆ ਗਿਆ ਉਹ ਫੋਟੋ ਖਿੱਚ ਕੇ ਪਾਈ ਲੈ ਇਹਨੂੰ ਪ੍ਰਚਾਰ 'ਚ ਵੈਪਨ ਲਿਆਉਣ ਦੀ ਕੀ ਲੋੜ ਸੀ ਫਿਰ ਕਮਰੇ 'ਚ ਰੱਖ ਕੇ ਸੁਣਿਆ ਕਰੀਏ ਜੀ ਲੋਕ ਤਾਂ ਬਾਜ਼ਾਰ 'ਚ ਨੇ ਕੱਟ ਤਾਂ ਬਾਜ਼ਾਰ 'ਚ ਹੁੰਦਾ ਸਾਨੂੰ ਕੀ ਪਤਾ ਕੌਣ ਬੰਦਾ ਚੰਗਾ ਕੌਣ ਬੰਦਾ ਮਾੜਾ ਅਸੀਂ ਤਾਂ ਆਪਦਾ ਕੰਸਰਨ ਤਾਂ ਰੱਖਣਾ ਜੀ ਮੈਂ ਗਲੀਆਂ ਵੋਟਾਂ ਕੀ ਕਰਦੀ ਹਾਂ ਜੇ ਕਿਸਾ ਨੁਕਸਾਨ ਹੋ ਗਿਆ ਉੱਥੇ ਕਿਸਦਾ ਕੁਛ ਮਿਸਅਪਰੀਨ ਦਾ ਕੀ ਪਤਾ ਲੱਗਦਾ ਉਹੀ ਗੱਲ ਨਾ ਵੀ ਤੁਸੀਂ ਪੜਦੇ ਤੋਂ ਬਾਹਰ ਵਾਲਾ ਸਿੱਧੂ ਮੂਸੇਵਾਲਾ ਦੇਖਿਆ ਇਹਦੇ ਪਿੱਛੇ ਕੀ ਚੱਲੀ ਜਾਂਦਾ ਕਿਸੇ ਨੂੰ ਕੋਈ ਨਹੀਂ ਪਤਾ ਸੋ ਤਾਂ ਕਰਕੇ ਮੈਂ ਦਰਵਾਜ਼ੇ ਭਾਈ ਜੀ ਕਿਸੇ ਨੂੰ ਬੰਦ ਨਹੀਂ ਸੀ ਕੀਤੇ ਮੇਰੇ ਦਰਵਾਜ਼ੇ ਅੱਜ ਵੀ ਖੁੱਲ੍ਹੇ ਨੇ ਮੇਰੇ ਜਨਮ ਦਿਨ 'ਤੇ 2-2 ਹਜ਼ਾਰ 2-2 ਹਜ਼ਾਰ 2200 ਬੰਦਾ ਆਉਂਦਾ 1100-1100 ਕੇਕ ਆਉਂਦਾ ਸਵੇਰੇ ਮੈਂ 7 ਵਜੇ ਲੱਗ ਜਾਂਦਾ ਅਤੇ ਰਾਤ ਦੇ 1 ਵਜੇ ਤੱਕ ਫੋਟੋਆਂ ਕਰਾਉਂਦਾ ਅਤੇ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਵਾਪਸ ਮੁੜਦਾ ਜਿਹੜਾ ਕਹੇ ਵੀ ਸਿੱਧੂ ਮੂਸੇਵਾਲਾ ਬਜ਼ਾਰ ਮੇਰਾ ਕੇਕ ਨਹੀਂ ਕੱਟਿਆ ਮੈਂ ਗਿਆ ਸੀ ਅਤੇ ਮੈਨੂੰ ਬਿਨਾਂ ਚਾਹ ਪਾਣੀ ਪਏ ਪਿਆ ਨਹੀਂ ਹੁੰਦਾ ਸੋ ਅਸੀਂ ਗਲਤੀਆਂ ਵੀ ਸਾਡੇ ਇਹ ਹਿਊਮਨ ਨੇਚਰ ਮੈਂ ਤੁਹਾਡਾ ਕਸੂਰ ਨਹੀਂ ਕਰਦਾ ਗਲਤੀਆਂ ਵੀ ਉਹਨਾਂ 'ਚ ਨਿਕਲਦੀਆਂ ਨੇ ਜਿਹੜੇ ਲੋਕ ਸੋਚਦੇ ਨੇ ਵੀ ਆਪਾਂ ਇੱਥੇ ਰਹਿਣਾ ਜਿਹੜੇ ਮਿਲਦੇ ਨਹੀਂ ਕਦੇ ਉਹਨਾਂ ਨੂੰ ਕੋਈ ਸਵਾਲ ਨਹੀਂ ਪੁੱਛਦਾ ਉਹਨਾਂ ਨੂੰ ਇਹ ਕਹਿੰਦਾ ਸਟਾਰ ਆ ਗਿਆ ਉਹ ਸਟਾਰ ਹੈਲੋ ਸਰ ਫੋਟੋ ਕਰੀ ਬਸ ਆਪਣਾ ਤਾਂ ਮੈਂ ਉਹੀ ਕਹਿ ਰਿਹਾ ਸਰ ਸਾਡੇ ਤਾਂ ਗੁਰਦੁਆਰਾ ਚਾਰ ਨਾਲ ਵਿਰੋਧ ਜਦੋਂ ਵਿਰੋਧ ਹੁੰਦਾ ਸਮਝ ਆ ਜਾਵੇ ਚੰਗੀ ਚੀਜ਼ ਭਾਈ ਸ਼ਾਇਦ ਸੱਚੀ ਹੋਈ ਹੋਰ ਕੁਛ ਸਰ ਕੋਈ ਕੁਸ਼ਚਨ